ਹਿੱਸਾ ਨਾ ਬਣੋ, ਓਏ ਭੀੜ ਦਾ ਕਾਰਨ ਬਣੋ। ਭੀੜ ਬੰਟੀ ਦੀਆਂ ਤਿੰਨ ਰੇਡਾਂ ਜੱਗੀ ਰਾਮੂ ਵਾਲੀਏ ਵੱਲੋਂ ਕਹਿੰਦੇ 5000 ਦੀਆਂ ਪੈਣਗੀਆਂ ਮੇਰੇ ਵੀਰੋ। ਬੰਟੀ ਦੀਆਂ ਤਿੰਨ ਰੇਡਾਂ ਜੱਗੀ ਰਾਮੂ ਵਾਲੀਏ ਵੱਲੋਂ 5000 ਦੀਆਂ। ਆਓ ਵੇਖ ਲਓ, ਕਾਲਾ ਮਾਲੇ ਵਾਲਾ ਪੱਤੋ ਸਿਰਾ ਲਾ ਗਿਆ, ਕਾਲਾ ਮਾਲੇ ਵਾਲਾ ਪੱਤੋ ਸਿਰਾ ਲਾ ਗਿਆ ਮੇਰੇ ਵੀਰੋ। ਐਨ ਬੱਲੇ ਬੱਲੇ ਕਰਵਾ ਗਿਆ, 5000 ਦਾ ਜੇਤੂ ਬਣ ਗਿਆ। ਆਓ ਅਨੂ ਦੀ ਰੇਡ ਵੀ ਕਰੀ ਸਿਰ ਤੇ ਯਾਰ। ਆਓ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਮੇਰੇ ਮਿੱਤਰੋ, ਇਹ ਕਹਿੰਦੇ ਅਨੂ ਗੁੰਡਾ ਉੱਥੇ ਬਣ ਲਾਓ ਸਾਹਮਣੇ। ਇਸ ਲਈ ਅਨੂ ਕਬੱਡੀ ਭਾ ਰਿਹਾ ਹੈ, ਬੋਲਿਆ ਹੋਇਆ ਧਾਵਾ ਕੌਣ ਠੱਲਦਾ ਮੇਰੇ ਵੀਰੋ। ਇਸ ਲਈ ਨੌਜਵਾਨ ਕੋਸ਼ਿਸ਼ ਕਰ ਰਿਹਾ ਸ਼ੈਲੀ, ਪਰ ਨੰਬਰ ਧਾਵੀ ਦਾ ਹੈ। ਆ ਹੈ ਰਵੀ ਕੈਲਰ ਮਾਰ। ਆਓ ਸਾਹਮਣੇ ਕਹਿੰਦੇ ਰਵੀ ਦੀ ਕਬੱਡੀ ਪੈ ਰਹੀ ਹੈ। ਰਵੀ ਵੀ ਕਹਿੰਦੇ ਆ ਰੇਡ ਦੇ ਉੱਪਰ ਲਵਲੀ ਪੱਤੋ ਪੱਟਾ ਬਣ ਕੇ ਦੇ ਬਾਅਦ ਖੇਡ ਕਬੱਡੀ ਦਾ। ਲਵਲੀ ਪੱਤੋ ਕਹਿੰਦਾ ਉਹ 500 ਦੇਵਾਂਗੇ। ਆਓ ਕਹਿੰਦੇ ਆ ਨੌਜਵਾਨ ਦੇ ਲਈ, ਆ ਨੌਜਵਾਨ ਦੇ ਲਈ ਵੱਡੇ ਪਿਆਰ ਇਹ ਲਵਲੀ ਵੱਲੋਂ ਹੈ। ਮੈਂ ਵੀ ਕਾਲੂ ਇੱਥੇ ਰੱਖ ਲਾ ਦੇ ਵਿੱਚ ਵੀਰ, ਜਿਹੜੇ ਜ਼ਰੂਰ ਵੱਡਾ ਪਿਆਰ। ਉੱਪਰ ਕਹਿੰਦੇ ਰਾਜੂ ਪੱਤੋ US ਕਾਜੀ ਮਾਣੂਗੇ ਤੇ ਗੁਰਪੇਜ ਬਾਂਬੜੋੜ ਕਹਿੰਦੇ ਦੀਪਕ ਦੀਆਂ ਤੇ ਮੇਰੇ ਡਾਬੇ ਅਮੜੇ ਬਾਈ 10000 ਤੇ ਗੱਲ ਪੁੱਜ ਗਈ। ਕਬੱਡੀ 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 ਪੱਤੋ ਹੀਰਾ ਸਿੰਘ ਦੇ ਮੇਲੇ ਦੇ ਮੋਹਿਤ ਡੀਂਗ ਵਾਲਾ ਟੱਕਰ ਸਿਰੇ ਦੀ ਹੈ, ਚੋਰ ਲੱਗਿਆ ਹੋਇਆ ਧੂੜ ਉੱਡ ਰਹੀ ਹੈ। ਆਓ ਸਿਰਾ ਲੱਗਿਆ ਪਿਆ ਮੇਰੇ ਵੀਰੋ। ਨੰਬਰ ਜਾਫੀ ਦਾ ਨੰਬਰ ਬੇ ਆਫ ਪਲੰਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਦਾ ਹੈ। ਆਓ ਕਾਸ਼ੀ ਪ੍ਰਿਆ ਦੀਪਕ ਕਬੱਡੀ ਪਾ ਰਿਹਾ ਹੈ। ਆਓ ਸਾਹਮਣੇ ਕਹਿੰਦੇ ਦੀਪਕ ਕਾਸ਼ੀ ਪ੍ਰਿਆ ਇਹ ਕਹਿੰਦੇ ਪਹਿਲੀ ਕਬੱਡੀ 10000 ਰੁਪਈਆ ਮੇਰੇ ਮਿੱਤਰੋ। ਇਹ ਪੱਤੋ ਦਾ ਮੇਲਾ ਚੱਲਦਾ। ਨੰਬਰ ਕਹਿੰਦੇ ਦੀਪਕ, ਨੰਬਰ ਧਾਵੀ ਦਾ ਸੋਨੀ ਭਾਦੜੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਰਿਹਾ ਹੈ। ਠਾਠਾ ਮਾਰਦਾ ਕੱਠ ਹੈ, ਪੱਤੋ ਹੀਰਾ ਸਿੰਘ ਦੀ ਧਰਤੀ ਹੈ ਮੇਰੇ ਵੀਰੋ। ਆਓ ਸਾਹਮਣੇ ਸੁਣੇ ਨੌਜਵਾਨ ਗੱਭਰੂ ਸੋਨੀ ਭਾਦੜੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ। ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਦੀ ਅਪਾਰ ਕਿਰਪਾ ਹੈ ਮੇਰੇ ਵੀਰੋ। ਸਾਹਮਣੇ ਪਈ ਹੋਈ ਕਬੱਡੀ ਚੌਂ ਜਾਫੀਆਂ ਵਿੱਚੋਂ ਆ ਸਮਿਤ ਸ਼ਿਵਾ ਕੋਸ਼ਿਸ਼ ਕਰ ਰਿਹਾ ਹੈ, ਪਰ ਭਾਦੜੇ ਵਾਲਾ ਤਕੜਾ ਨੰਬਰ ਜੋੜ ਗਿਆ। ਗੁੱਜਰ ਆ ਗਿਆ ਕਬੱਡੀ ਪਾਉਣ ਦੇ ਲਈ। ਗੁੱਜਰ ਕਹਿੰਦੇ ਟਿੱਬੇ ਵਾਲਾ ਆ ਗਿਆ ਰੇਡ ਪਾਉਣ ਦੇ ਲਈ। ਮਾਰੂ ਕਿਆ ਵਾਲਾ ਪੱਟਾ ਬਾਈ ਗੁਰਲਾਲ ਐਲਾਨ ਕਰਦਾ ਵੀ ਸੰਦੀਪ ਨੰਗਲ ਬੀਓ ਕੱਗੀ ਲੋਪੋ ਕਬੱਡੀ ਕਲੱਬ ਮਾਲਵਾ ਦੇ ਲਈ। ਮਾਰੂ ਕਹਿੰਦੇ ਗੁਰਲਾਲ ਵੱਲੋਂ 1,00,000 ਦਾ ਯੋਗਦਾਨ ਹੋਵੇਗਾ। 1,00,000 ਦਾ ਯੋਗਦਾਨ ਮਾਰੂ ਕਹਿੰਦੇ ਗੁਰਲਾਲ ਵੱਲੋਂ ਹੋਵੇਗਾ। ਮੇਜਰ ਲੀਗ ਕਬੱਡੀ ਫੈਡਰੇਸ਼ਨ ਵੱਲੋਂ ਗੁਰਲਾਲ ਬਾਈ ਦਾ ਧੰਨਵਾਦ ਹੈ, ਕਿਉਂਕਿ ਗੁਰਲਾਲ ਬਾਈ ਵੀ ਖੜ ਗਿਆ। ਵਿਸ਼ੇ ਤੌਰ ਤੇ ਗੁਰਲਾਲ ਮਾਣੂਕੇ ਦਾ ਧੰਨਵਾਦ ਹੈ, ਸਰਦਾਰ ਮੋਹਰ ਸਿੰਘ ਗਿੱਲ ਦਾ ਪਰਿਵਾਰ ਹੈ। ਆਓ ਵੱਡੀ ਦੇਣ ਹੈ ਮੇਰੇ ਵੀਰੋ, ਸਾਹਮਣੇ ਵੇਖਦਾ ਹੈ
ਬਲਪੁਰੀਆਂ ਵਾਲਾ ਜਰਮਨ ਜੀਤ ਹੈ, ਸੁਖ ਬਰਾੜ ਕੈਨੇਡਾ ਤੋਂ ਆਇਆ, ਰਾਜੂ ਦਾ ਸਾਥੀ ਕਹਿੰਦੇ ਗੁਰਭੇਜ ਬਾਂਦਰਾਂ ਵਾਲਾ ਅਚੇਤੇ ਤੌਰ ਤੇ ਪੁੱਜਿਆ ਹੋਇਆ, ਗਾਜੀ ਮਾਣੂਕੇ ਦਾ ਵੱਡਾ ਯੋਗਦਾਨ ਹੈ, ਹਰਭਜਨ ਹੋਣਾ ਦਾ ਵੱਡਾ ਯੋਗਦਾਨ ਹੈ, ਨੰਨੂ ਹੋਣਾ ਦਾ, ਹਾਂ ਪਿੰਦਰੀ ਸਰਪੰਚ ਸਹਾਰਨ ਬਾਜਰੇ ਵਾਲੇ ਦਾ, ਸੋਨੀ ਗਿੱਲ ਦਾ, ਹਾਪੀ ਸਿਵੀਏ ਦਾ, ਮੰਨੇ ਸੰਧੂ ਕਪੂਰਿਆਂ ਵਾਲੇ ਦਾ, ਤੇ ਨਾਲ ਕਹਿੰਦੇ ਜੱਗੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਟੱਕਰ 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 ਸਿਰੇ ਵੀ ਨਵਾਂ ਸ਼ਹਿਰ ਦਾ ਇਲਾਕਾ, ਥੋਪੀਆਂ ਪਿੰਡ ਹੈ, ਗੁਰੂ ਨਾਮ ਹੈ, ਕੁੱਟ ਫੜਿਆ ਪਹਿਲੇ ਕਬੱਡੀ ਕਬੱਡੀ ਰੇਡਰ ਬੋਲਦੇ ਸਨ, ਜਦ ਸਾਹ ਟੁੱਟ ਜਾਂਦਾ ਤੇ ਨੰਬਰ ਜਾਫੀ ਦਾ ਹੋ ਜਾਂਦਾ, ਫਿਰ 30 ਸੈਕਿੰਡ ਦੀ ਕਬੱਡੀ ਗਾਲਬ ਕਲਾ ਦੇ ਟੂਰਨਾਮੈਂਟ ਤੋਂ ਬੱਝੀ। ਮੇਰੇ ਵੀਰੋ ਸਾਹਮਣੇ ਨੌਜਵਾਨ ਗਬਰੂ ਰਵੀ ਕੈਲਰ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਆਹ ਚਾਰ ਜਾਫੀ ਨੇ, ਕੌਣ ਜਫਾ ਲਾਉਂਦਾ? ਇਹ ਹੈ ਨੌਜਵਾਨ ਕਾਲਾ ਕਾਲਾ ਪਰ ਨੰਬਰ ਧਾਵੀ ਦਾ ਹੈ ਕਿ ਮੇਲੇ ਤੇ ਦੌੜਾਂ ਸੀ, ਨੰਬਰ 1 ਲਿਆਈ ਘੋੜੀ ਗਲੈਡੀਏਟਰ ਨੇ, ਹਿੰਦ ਸ਼ਹਿਨ ਸ਼ਾਹਾਂ ਦੀ ਤੋੜੀ ਗਲੈਡੀਏਟਰ ਨੇ, ਹਿੰਦ ਸ਼ਹਿਨ ਸ਼ਾਹਾਂ ਦੀ ਤੋੜੀ। ਇਹ ਕਬੱਡੀ ਦੇ ਗਲੈਡੀਏਟਰ ਸੰਦੀਪ ਨੰਗਰੰਬੀਆਂ ਦੀ ਖੇਡ ਫੈਡਰੇਸ਼ਨ ਖੇਡ ਰਹੀ ਹੈ, ਮੇਜਰ ਲੀਗ ਦੇ ਮੁਕਾਬਲੇ ਹੈ, ਸਾਹਮਣੇ ਪਈ ਹੋਈ ਅਨੂ ਦੀ ਰੇਡ, ਆਓ ਵੇਖ ਲੈ ਵੀ ਟੱਕਰ ਸਿਰੇ ਦੀ ਜ਼ੋਰ ਲੱਗਿਆ ਹੋਇਆ। ਮੋਹਿਤ ਡੀਂਗ ਵਾਲਾ ਨੌਜਵਾਨ ਗਬਰੂ ਤੇ ਅਨੂ, ਇਸ ਵੇਲੇ ਮੁਕਾਬਲਾ ਸਖ਼ਤ ਹੈ ਤੇ ਨੰਬਰ ਧਾਵੀ ਦਾ, ਆਓ ਨੰਬਰ ਕਹਿੰਦੇ ਰੇਡਰ ਦਾ, ਆਹ ਕਹਿੰਦੇ ਤੀਜੀ ਕੌਡੀ ਦੂਜੀ ਪਾਸੇ ਯਾਰ ਦੀ ਹੈ, ਉਧਰ ਸਦੀ ਕਾਲੇ ਸੱਜਿਆ ਦੇ ਤਿੰਨ ਜੱਫਿਆਂ ਦੇ, ਸੁੱਖ ਖੋਸਾ, ਸੁੱਖ ਪੱਤੋ, ਭਾਈ ਅਮਰਜੀਤ, ਹਰਦੀਪ ਰੌਣੀ ਲਾਡ ਕਰਦੇ 11,000 ਤੇ ਉਧਰ ਕਹਿੰਦੇ ਸੰਦੀਪ ਕਨੇਡਾ, ਪੁਰਜ ਹਰੀ ਸਿੰਘ, ਗੁਰਪ੍ਰੀਤ ਦੁੰਬੇ ਗਏ, ਰਬੜ ਬੱਬੀਆ, ਸੀਤ ਪੁਰਜ ਹਰੀ ਸਿੰਘ, ਇਕਬਾਲ ਕਹਿਲਾ ਦੀਆਂ ਪੇਪਰ ਏਡਾ ਦੇ 5,000 ਸਾਹਮਣੇ। ਇਸ ਵੇਲੇ ਕਹਿੰਦੇ ਮਾਇਆ ਦੇ ਐਲਾਨ ਹੋ ਰਹੇ ਹੈ, ਪੱਤੋ ਹੀਰਾ ਸਿੰਘ ਦਾ ਕਬੱਡੀ ਕੱਪ ਹੈ, ਸ਼ਰਾਬੀ ਪੱਤੋ ਵਾਲੇ ਦੀਆਂ ਯਾਦਾਂ ਨੇ ਮੇਰੇ ਵੀਰੋ, ਲੈ ਵੀ ਸੁਖ ਬਾਈ ਸ਼ਰਾਬੀ ਵੀ ਯਾਰਾਂ ਦਾ ਯਾਰ ਜਿਹੜਾ ਵਿਛੜ ਗਿਆ ਉਹਨੂੰ ਵੀ ਆਪਾਂ ਯਾਦ ਕਰਨਾ ਹੈ, ਰੰਗਲਾ ਸੱਜਣ, ਆਹ ਅਮਰੀ ਦੀਆਂ ਯਾਦਾਂ ਨੇ ਪੱਤੋ ਵਾਲੇ ਦੀਆਂ, ਸਾਹਮਣੇ ਕਬੱਡੀ ਇਸ ਵੇਲੇ ਪੈ ਗਈ, ਨੀ ਕਿਹਾ ਕਰੀ ਸਿਰ ਤੇ ਯਾਰਾ, ਆਓ ਸਾਹਮਣੇ ਰੇਡ ਪੈ ਰਹੀ ਹੈ, ਰਵੀ ਵੀ ਕਹਿੰਦੇ ਤਿੰਨ ਰੇਡਾਂ ਦੇ, ਵਿੱਕੀ ਕਨੇਡਾ ਦੇ ਲਵਲੀ ਪੱਤੋ ਵੱਲੋਂ ਜਿਹੜਾ 500 ਦਿੱਤਾ ਜਾਵੇਗਾ, ਧੰਨਵਾਦ ਹੈ। ਇਹ ਪੱਤੋ ਦੀ ਧਰਤੀ ਆ, ਇਹ ਸ਼ਸ਼ੀਨਾ ਦਾ ਪਿੰਡ ਆ, ਟੱਕਰ ਸਵਾਦ ਕਬੱਡੀ
ਕਬੱਡੀ ਕਬੱਡੀ ਕਬੱਡੀ ਕਬੱਡੀ ਮੋਹਿਤ ਇਸ ਵੇਲੇ ਤਕੜਾ ਜੱਫਾ ਲਾ ਗਿਆ ਹੈ ਇਹ ਨਿਊਜ਼ੀਲੈਂਡ ਦੀ ਖੇਡ ਕਲੱਬ ਦੇ ਲਈ ਅਵਤਾਰ ਸਿੰਘ ਤਾਰੀ ਹੋਣਾ ਦੀ ਰਣਜੀਤ ਰਾਏ ਦੀ ਮੋਰੋ ਪਿੰਡ ਵਾਲੇ ਕੋਖੇ ਟਵਾਲ ਦੀ ਤਾਰੀ ਟੰਗੇ ਦੀ ਦੀਪ ਮਠੰਡੇ ਦੀ ਤੀਰਥ ਟਵਾਲ ਦੀ ਹੈਪੀ ਹੁਰੇ ਉਹਨਾਂ ਦੀ ਟੀਮ ਖੇਡ ਰਹੀ ਹੈ ਸਾਹਮਣੇ ਕਬੱਡੀ ਨੌਜਵਾਨ ਇਹ ਹੈ ਗੁੱਜਰ ਦਰੀਏ ਵਾਲਾ ਪਿੰਡ ਹੈ ਪਰ ਟਿੱਬੇ ਲਈ ਖੇਡਦਾ ਖੇਡਦਾ ਐਨ ਬੱਲੇ ਬੱਲੇ ਕਰਵਾਉਂਦਾ ਹੈ ਮੇਰੇ ਵੀਰੋ ਗੁਰੂ ਥੋਪੀਏ ਵਾਲਾ ਬਲਜਿੰਦਰਾ ਭਿੰਡਰ ਕੋਚ ਪੱਤੋ ਤੇ ਸੀਤਾ ਮੱਲਾ ਐਲਾਨ ਕਰਾਉਂਦੇ ਹੈ ਵੀ ਗੁਰੂ ਥੋਪੀ ਵਾਲੇ ਦੇ ਤਿੰਨ ਜਫੇ 10,000 ਦੇ ਲੱਗਣਗੇ ਬਲਜਿੰਦਰਾ ਭਿੰਡਰ ਕੋਚ ਪੱਤੋ ਤੇ ਸੀਤੇ ਮੱਲੇ ਵੱਲੋਂ ਗੁਰੂ ਥੋਪੀਏ ਦੇ ਤਿੰਨ ਜਫਿਆਂ ਤੇ ਕਹਿੰਦੇ 10,000 ਦਿੱਤਾ ਜਾਵੇਗਾ ਇਧਰ ਨਿਊਜ਼ੀਲੈਂਡ ਦੀ ਟੀਮ ਦੇ ਲਈ ਸਤਨਾਮ ਬੈਂਸ ਸੁੱਖਾ ਸ਼ੋਕਰ ਕਾਲਾ ਬਾਗੜੀਆਂ ਸੁਖਦੀਪ ਸੋਹੀ ਰਾਜਵੰਤ ਸੰਧੂ ਪ੍ਰਤਾਪਪੁਰਾ ਮਨਜੀਤ ਢੀਂਡਸਾ ਕੈਨੇਡਾ ਜੀਵਨ ਢਿੱਲੋਂ ਬਿਕਰਮ ਬੈਂਸ ਲੰਬਰ ਠੱਠਾ ਸੁੱਚਾ ਬ੍ਰਦਰ ਹਰਜਿੰਦਰ ਫਿਆਲੀ ਹਰਜਿੰਦਰ ਕੈਟੀ ਕੈਟੀ ਜਸਪਾਲ ਤਾਰਪੁਰ ਬਖਸ਼ੀਸ਼ ਲਾਲਾ ਬਿੰਦਰ ਬੇਗੋਵਾਲ ਸਾਫੀ ਠਿੰਦ ਫਰਾਂਸ ਇੰਦਰ ਬਲਿਆਣਾ ਲੱਕੀ ਗਹੀਰ ਹਰਵਿੰਦਰ ਦਸਾਂਝ ਮਨਵੀਰ ਖਹਿਰਾ ਤੇ ਅਮਰਤ ਖਹਿਰੇ ਉਹਨਾਂ ਦਾ ਵੱਡਾ ਯੋਗਦਾਨ ਮੁਕਾਬਲਾ ਰਵੀ ਦੀ ਅਰੇਨਾ ਦੇ 1,000 ਲਵਲੀ ਪੱਤੋ ਤੇ ਨਾਲ ਵਿੱਕੀ ਕੈਨੇਡਾ ਵਿੱਕੀ ਘੋੜੀਆਂ ਵਾਲਾ ਜਸਵੀਰ ਟੋਨੀ ਕੈਨੇਡਾ ਰਵੈਲ ਬੱਬੂ ਖਾਲਸਾ ਜਿਹੜੇ ਕਲੱਬ ਮੈਂਬਰ ਨੇ ਯਾਰਾਂ ਦੇ ਯਾਰ ਨੇ ਪੱਤੋ ਪਿੰਡ ਦੇ ਮੁੰਡਿਆਂ ਦਾ ਧੰਨਵਾਦ ਸੁੱਖ ਬਾਈ ਕਿਸੇ ਗੱਲ ਨੂੰ ਹੀ ਆਇਆ ਹੋਇਆ ਫਿਕਰ ਸੀ ਵੀ ਪਿੰਡ ਦਾ ਮੇਲਾ ਨਾ ਮਾੜਾ ਹੋ ਜੇ ਹੁਣ ਫਿਕਰ ਤਾਂ ਉਹ ਕਰਨ ਉਹ ਜਿਹੜੇ ਕਹਿੰਦੇ ਸੀ ਗੱਲ ਨੀ ਮਾਨੀ ਉਹ ਅਨੂ ਆ ਗਿਆ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਚਾਰ ਜਾਫੀ ਤਿਆਰ ਨੇ ਹੁਣ ਵੇਖ ਰਿਹਾ ਵੀ ਕਿਹੜਾ ਖਿਡਾਰੀ ਇਹ ਸਮਿਤ ਸੇਵਾ ਹੈ ਮੇਰੇ ਵੀਰੋ ਬੜਾ ਕੈਮ ਜਾਫੀ ਹੈ ਆਓ ਵੇਖ ਰਿਹਾ ਵੀ ਟੱਕਰ ਇਸ ਵੇਲੇ ਨੰਬਰ 22 ਦਾ ਗੁਰੂ ਦੇ ਲਈ ਗੁਰਲਾਲ ਮਾਣੂਕੇ ਦੇ ਵੱਲੋਂ 1,000 ਦੇ ਜਿਹੜੇ ਮਾਨਸਰ ਵੱਲ ਪੁੱਜੇ ਹੈ ਸਾਹਮਣੇ ਰਵੀ ਕੈਲਰ ਵਾਲੇ ਨੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੋ ਰਵੀ ਕੈਲਰ ਵਾਲਾ ਕੁਲਦੀਪ ਕਲੇਰ ਚੂਰ ਚੱਕੀਆ ਵੀ ਅੱਜ ਦੇ ਮੇਲੇ ਤੇ ਬਾਂਦਾ ਵਾਲਾ ਬਾਬਾ ਪੁੱਜਿਆ ਹੋਇਆ ਹੈ ਧੰਨਵਾਦ ਹੈ ਸਾਹਮਣੇ ਨੌਜਵਾਨ ਦੀ ਪਈ ਹੋਈ ਕਬੱਡੀ ਤੇ ਹੁਣ ਚੌਂ ਦੇ ਵਿੱਚੋਂ ਅੱਜ ਕਹਿੰਦੇ ਨੌਜਵਾਨ ਕਾਲੇ ਨੇ ਸਿਰਾ ਕੀਤਾ ਪਿਆ ਆਹ ਮਾਲੇ ਵਾਲੇ ਕਾਲੇ ਨੇ ਸਿਰਾ ਕੀਤਾ ਪਿਆ ਬਲਜਿੰਦਰਾ ਭਿੰਡਰ ਕੋਚ ਪੱਤੋ ਤੇ ਸੀਤਾ ਮੱਲਾ ਨਾਲ ਭੁੱਲਰ ਬੀਲੇ ਵੱਲੋਂ 2,000 ਦਾ ਜੱਫਾ ਮੰਨਿਆ ਇਹ ਕਾਲੇ ਦਾ 2,000 ਦਾ ਜੱਫਾ ਜਿਹੜਾ ਹੈ ਬਲਜਿੰਦਰੇ ਭਿੰਡਰ ਵੱਲੋਂ ਹੈ ਸਾਹਮਣੇ ਕਬੱਡੀ ਪੈ ਗਈ ਕਰਦੇ ਸਿਰ ਤਿਆਰ ਅਮਰੀਕ ਉੱਧਰ ਕਹਿੰਦੇ ਰੇਡ ਪੈ ਗਈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਮਾਲੇ ਵਾਲੇ ਕਾਲੇ ਦੇ ਲਈ ਰੱਬੂ ਵਾਲੀਆ ਚੱਕੀ ਬਾਈ ਕਹਿੰਦਾ ਵੀ 2,000 ਦੇਵਾਂਗੇ 2,000 ਕਹਿੰਦੇ ਚੱਕੀ ਬਾਈ ਵੱਲੋਂ ਦਿੱਤਾ ਜਾਵੇਗਾ ਕਾਲੇ ਦੇ ਜੱਥਿਆਂ ਦੇ ਉੱਪਰ ਲਾਓ ਇਸ ਵੇਲੇ ਨੰਬਰ ਕਹਿੰਦੇ 22 ਦਾ ਬੰਟੀ ਦੀਆਂ ਅਗਲੀਆਂ 3 ਰੇਡਾਂ ਰੱਬੂ ਵਾਲੀਆ ਚੱਕੀ ਵੱਲੋਂ 5,000 ਦੀਆਂ ਮੇਰੇ ਵੀਰੋ ਤੇ 10,000 ਵੱਡਾ ਬਾਈ ਸੁੱਖ ਪੱਤੋ ਨਾਲ ਸੁੱਖ ਖੁਸ਼ ਤੇ ਹਰਦੀਪ ਰੌੜੀ ਕਹਿੰਦੇ ਬਾਡੀ ਦੀਆਂ ਤੇ ਮੇਰੇ ਨਾਲ 10,000 ਦੀਆਂ ਨੋਟਾਂ ਦਾ ਮੀਂਹ ਪੈ ਰਿਹਾ ਪੱਤੋ ਹੀਰਾ ਸਿੰਘ ਦਾ ਮੇਲਾ ਹੈ ਦੁਨੀਆ ਖੁਸ਼ ਹੈ ਸਮੇਂ ਦੇ ਨਾਲ ਫਾਈਨਲ ਹੋ ਰਿਹਾ ਹੈ ਦੁਨੀਆ ਆਨੰਦ ਮਾਰ ਰਹੀ ਹੈ ਸੁਬਾਹ ਤੋਂ ਲੈ ਕੇ ਖੇਡ ਕਬੱਡੀ ਦਾ ਮੇਰੇ ਵੀਰੋ ਇਹ ਮੇਜਰ ਲੀਗ ਕਬੱਡੀ ਫੈਡਰੇਸ਼ਨ ਖੇਡ ਰਹੀ ਹੈ 8 ਤਰੀਕ ਸੰਘਵਾਲ ਦੇ ਵਿੱਚ ਹੈ 9 ਤਰੀਕ ਨੂੰ ਕਹਿੰਦੇ ਦੋਨਾ ਕਬੱਡੀ ਕੱਪ ਹੈ 11 ਨੂੰ ਮਹਾਨ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆਂ ਦੇ ਪਿੰਡ ਰੌਣਕਾਂ ਲੱਗਣਗੀਆਂ ਬੈਸਾਂ ਨੂੰ ਬੁਲਟ ਦਿੱਤੇ ਜਾਣਗੇ 13 ਨੂੰ ਬੱਲੋ ਮਾਜਰੇ ਰੌਣਕਾਂ ਲੱਗਣੀਆਂ ਔਰ ਕਹਿੰਦੇ 14 ਤਰੀਕ ਟਾਂਡਾ ਰਾਮ ਸਹਾਇ ਦੇ ਵਿੱਚ ਪੱਲੇ ਬੱਲੇ ਹੋਣੀ ਹੈ 16 ਨੂੰ ਕਹਿੰਦੇ ਨੂਰਪੁਰ ਚੱਠੇ
ਨਵੇਂ ਫਾਰਮ ਟਰੈਕ ਦਿੱਤੇ ਜਾਣੇ ਆ 17 ਮਠੰਡਿਆਂ ਦੀ ਹੈ ਤੇ 18 ਨੂੰ ਰੜ ਕੇ ਹਾਰਲੇ ਡੇਵਿਡਸਨ ਮੋਟਰਸਾਈਕਲ ਦਿੱਤੇ ਜਾਣਗੇ। ਬੱਬੂ ਬਣ ਲੱਗੂ ਮੇਰੇ ਮਿੱਤਰੋ, ਬੱਬੂ ਬਣ ਲੱਗੂ ਮੇਰੇ ਮਿੱਤਰੋ, ਬੱਬੂ ਬਣ ਲੱਗੂ ਮੇਰੇ ਮਿੱਤਰੋ। ਉਹ ਗੁੱਟ ਫੜਿਆ ਹੋਇਆ ਉਹ ਕਬੱਡੀ ਕਬੱਡੀ ਮੇਰੇ ਮਿੱਤਰ, ਉਧਰ ਸੁੱਖ ਬਾਈ ਕਹਿੰਦਾ ਵੀ ਨਾਲ ਅਮਰਜੀਤ ਦਾ ਵੀ ਨਾਂ ਐਡ ਕਰ ਦਿਓ ਬੱਡੀ, ਤੇ ਮਰ ਜਾਵੇ 10,000 ਹੈ। ਉਧਰ ਹਰਦੀਪ ਸਿੰਘ ਜੀ ਪਾਠ ਗੱਲ ਚੱਲਦੀ ਹੈ, ਕਹਿੰਦੇ ਭਗਵਾਨ ਪਾਠ ਆਸਟ੍ਰੇਲੀਆ ਜੇਤੂ ਟੀਮ ਦੇ ਲਈ 30,000 ਲਓ ਸਾਹਮਣੇ ਸ਼ਮਿਤ ਇਸ ਵੇਲੇ ਕਹਿੰਦੇ ਕਮਾਲ ਕਰਦਾ ਹੋਇਆ ਤਕੜਾ ਜੱਫਾ ਲਾ ਰਿਹਾ, ਸੁਪਰ ਫਾਈਨਲ ਹੈ, ਬੈਸਟਾਂ ਨੂੰ ਬੁਲਟ ਦਿੱਤੇ ਜਾਣੇ ਮੇਰੇ ਵੀਰੋ, ਜਿਹੜੇ ਪੱਟੋ ਦੇ ਕੱਪ ਦੇ ਬੈਸਟ ਬਣਨਗੇ ਉਹਨਾਂ ਨੂੰ ਬੁਲਟ ਮੋਟਰਸਾਈਕਲਾਂ ਦੇ ਮਾਨ ਸਨਮਾਨ। ਸਾਹਮਣੇ ਕਾਸ਼ੀਪੁਰੀਏ ਦੀ ਰੇਡ ਪੈ ਰਹੀ ਹੈ, ਆਓ ਸਾਹਮਣੇ ਕਹਿੰਦੇ ਕਾਸ਼ੀਪੁਰੀਏ ਦੀ ਕਬੱਡੀ ਪੈ ਰਹੀ ਹੈ, ਇਹ ਤੀਜੀ ਕਬੱਡੀ 10,000 ਦੀ ਰਾਜੂ ਪੱਟੋ ਹੋਣੀ ਆਰੋਪੇ ਗਾਜੀ ਮਾਰੂ ਕੇ ਗੁਰਪੇਜ ਬੰਬੇ ਡੋੜ ਵੱਡੇ ਬਾਈ 10,000 ਪੁੱਜਦਾ ਕਰ ਦਿਓ ਮੁੰਡੇ ਨੂੰ, ਆਓ ਕਹਿੰਦੇ ਤਿੰਨੇ ਮੋੜਤੀਆਂ ਆ ਕਹਿੰਦੇ ਉਹਨੂੰ ਪੁੱਟਾ ਥੇ ਵਾਲਾ ਟਰਾਂਟੋ ਪੰਜਾਬੀ ਨਕੋਦਰ ਵੱਲੋਂ ਕਬੱਡੀ ਪਾ ਰਿਹਾ ਹੈਪੀ ਸੰਘਾ ਜਰਨੈਲ ਮੰਡ, ਹੈਰੀ ਵੀਰ ਹੋਣੀ, ਮੜੇਰ ਹੋਣੀ, ਅਮਨ ਤੂਰ ਹੋਣੀ, ਸੁੱਖਾ ਰੰਧਾਵਾ, ਜਸਵੀਰ ਸਿੰਘ ਕਲਾਰ, ਸਰਬਜੀਤ ਬਾਸੀ ਉਹਨਾਂ ਦੀ ਟੀਮ ਮੇਰੇ ਵੀਰੋ ਨਕੋਦਰ ਦੀ ਖੇਡ ਰਹੀ ਹੈ। ਆਓ ਸਾਹਮਣੇ ਹਿੰਦਾ ਖੀਰਾਂ ਵਾਲੀਆਂ ਇੱਕ ਯੋਰਨਾ ਜੱਫਾ ਲਾ ਪਾਊ ਕਿ ਨਹੀਂ, ਸਾਨੂੰ ਤਗੜਾ ਨੰਬਰ ਜੋੜਦਾ ਹੋਇਆ ਹੈ। ਸੱਤਾ ਮਠੱਡਾ ਜਾਸਾ ਉਜਲਾ ਪਾਲਾ ਬੜਾ ਪਿੰਡ ਸੁੱਖਾ ਚੱਕਾ ਵਾਲਾ ਜਤਿੰਦਰ ਜੌਲ ਦਾ ਵੱਡਾ ਯੋਗਦਾਨ ਹੈ ਨਕੋਦਰ ਦੀ ਖੇਡ ਕਲੱਬ ਦੇ ਲਈ। ਰਵੀ ਕੈਲਰ ਵਾਲਾ ਕਬੱਡੀ ਪਾ ਰਿਹਾ ਹੈ, ਰਵੀ ਕੈਲਰ ਵਾਲਾ ਬੱਗੇ ਪਿੰਡ ਵਾਲਾ। ਆਓ ਸਾਹਮਣੇ ਇਸ ਵੇਲੇ ਗਿੰਦੇ ਨਾਲ ਮੁਕਾਬਲਾ ਮੇਰੇ ਵੀਰੋ, ਤੇ ਨੰਬਰ ਧਾਵੀ ਦੇ ਹਿੱਸੇ ਜਾ ਜੁੜਿਆ ਹੈ, ਨੰਬਰ ਇਸ ਵੇਲੇ ਧਾਵੀ ਦਾ। ਸੋਨੀ ਭਾਦੜੇ ਦੀ ਰੇਡ ਅਮਰੀਕ ਕਰੀ ਗੱਲ, ਆਓ ਸੋਨੀ ਕਹਿੰਦੇ ਭਾਦੜੇ ਪਿੰਡ ਦਾ ਕਬੱਡੀ ਪਾ ਰਿਹਾ ਹੈ। ਉਧਰ ਕਹਿੰਦੇ ਵੀ ਵੱਡਾ ਪਿਆਰ ਬਈ ਹਰਜੀਤ ਭੰਦੇਰ ਤੇ ਸੰਦੀਪ ਪੁਰਜਰੀ ਕਨੇਡਾ, ਉਹਨਾਂ ਵੱਲੋਂ ਕਹਿੰਦੇ 1500 ਲੱਗਾ ਹੋਇਆ ਹੈ, ਗੱਲ ਕਹਿੰਦੇ 30,000 ਦੇ, ਗੱਲ 20,000 ਦੇ। ਆਓ ਸਾਹਮਣੇ ਰੇਡਾਂ ਪੈਂਦੀਆਂ ਜੱਫੇ ਲੱਗਦੇ, ਅੱਜ ਪੱਤੋ ਨੱਚੂ ਮੇਰੇ ਮਿੱਤਰੋ, ਪੱਤੋ ਦੀ ਧਰਤੀ ਹੈ। ਬੱਲੇ ਬੱਲੇ ਹੋਈ ਪਈ ਹੈ ਸਿਰੇ ਦਾ ਮੇਲਾ ਮੇਰੇ ਵੀਰੋ। ਸਤਕਰਨ ਖੋਸਾ ਅਮਰੀਕ ਬੜੈਚ, ਯੂਕੇ ਐਂਡੀ ਧੁੱਗਾ ਤੇ ਲੱਭੀ ਨੰਗਲ ਕਨੇਡਾ ਨਕੋਦਰ ਦੀ ਟੀਮ ਦੇ ਲਈ, ਇਹਨਾਂ ਪ੍ਰਮੋਟਰਾਂ ਦੇ ਵੀ ਵੱਡੇ ਯੋਗਦਾਨ ਨੇ। ਸਾਹਮਣੇ ਬੰਟੀ ਦੀ ਕਬੱਡੀ ਪੈ ਗਈ ਹੈ, ਬੱਗੀ ਦੇ ਪਿੰਡ ਜੱਸਿਆ ਦੇ ਟਿੱਕੀ ਬਾਈ ਕਨੇਡਾ ਦੇ ਲਵਲੀ ਪੱਤੋ, ਉਹਨਾਂ ਵੱਲੋਂ 500 ਰੁਪਇਆ ਜਾਵੇਗਾ। ਬੜੇ ਤਰੀਕੇ ਦੇ ਕਾਣੇ ਦੇ ਲਈ 2,000 ਜੱਗੀ ਰਾਮੂ ਵਾਲੀਏ ਵੱਲੋਂ ਪੁੱਜਦਾ ਹੋ ਗਿਆ, ਰਵੀ ਬੰਨੇ ਪੈਸੇ ਲੈ ਜੀ ਜੱਗੀ ਬਾਈ ਵੱਲੋਂ ਕਾਲੇ ਦੇ ਲਈ 2,000। ਆਓ ਸਾਹਮਣੇ ਕਬੱਡੀ, ਹਰਪ੍ਰੀਤ ਪੁੱਜਿਆ ਸਾਡਾ ਭਰਾ ਜੰਡਪੁਰ ਵਾਲਾ ਮੇਰੇ ਵੀਰੋ, ਵਿਸ਼ੇਸ਼ ਤੌਰ ਤੇ ਜੀਐਨ ਨੂੰ ਆਖਦੇ ਹਰਪ੍ਰੀਤ ਬਾਈ, ਤੇ 10 ਮਾਰਚ ਕਹਿੰਦੇ ਜੰਡਪੁਰ ਦੇ ਕਬੱਡੀ ਕੱਪ ਦਾ ਐਲਾਨ ਕਰਾਉਂਦਾ ਹਰਪ੍ਰੀਤ ਜੰਡਪੁਰੀ ਹੈ, ਜਿੱਥੇ ਬੈਸਟਾਂ ਨੂੰ ਆਲਟੋ ਗੱਡੀਆਂ ਦਿੱਤੀਆਂ ਜਾਣਗੀਆਂ। ਹਰਪ੍ਰੀਤ ਜੰਡਪੁਰ ਵਾਲੇ ਦਾ ਕੱਪ ਕਹਿੰਦੇ 10 ਮਾਰਚ ਦੀ ਡੇਟ ਜਿਹੜੀ ਰੱਖ ਦਿੱਤੀ ਗਈ ਹੈ। ਸਾਹਮਣੇ ਰਵੀ ਕੈਲਰ ਦੀ ਰੇਡ ਅਮਰੀਕ ਕਰੀ ਸਿਰ ਤੇ ਯਾਰਾ, ਆਓ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ, ਬੱਗੀ ਦੇ ਕਹਿੰਦੇ ਪਿੰਡ ਜੱਸਿਆਂ ਦੇ 500 ਵਿੱਚੀ ਕਨੇਡਾ ਘੋੜੀਆਂ ਵਾਲਾ, ਪਰੇ ਪਰ ਕਹਿੰਦੇ ਰਵੀ ਕੈਲਰ ਮਾੜਾ ਕਮਾਲ ਹੋਈ ਜਾਂਦੀ ਹੈ। ਉਧਰ ਜੇਤੂ ਟੀਮ ਨੂੰ ਕਹਿੰਦੇ 30,000 ਲਾਉਣ ਹੋ ਗਿਆ, ਸੁੱਖ ਬਾਈ ਅਮਰਜੀਤ ਹੋਣੀ ਹਰਦੀਪ ਰੌੜੀ ਤੇ ਨਾਲ ਸੁੱਖ ਖੋਸਾ ਬਾਟੀ ਦੀਆਂ ਤਿੰਨਾਂ ਨੇ 10,000 ਲੱਗਾ ਹੋਇਆ।
ਲਓ ਸਾਹਮਣੇ ਮਾਨ ਸਨਮਾਨ ਦਿੱਤੇ ਜਾ ਰਹੇ ਕਬੱਡੀ ਦੇ ਖਿਡਾਰੀਆਂ ਨੂੰ। ਡੀਐਸਪੀ ਸਾਹਿਬ ਬਿਰਾਜਮਾਨ ਨੇ, ਐਸਐਚਓ ਸਾਹਿਬ ਸਰਦਾਰ ਸਰਬਣ ਸਿੰਘ ਜੀ, ਲੀਡਰ ਸਾਹਿਬ ਆਨੰਦ ਮਾਣਦੇ ਆ। ਫਾਈਨਲ ਮੈਚ ਹੈ, ਟੱਕਰ ਸਿਰੇ ਦੀ ਆ ਮੇਰੇ ਵੀਰੋ। ਕਮਾਲ ਕਰ ਗਿਆ ਮੁੰਡਾ, ਸਿਰਾ ਲਾ ਗਿਆ ਮੁੰਡਾ, ਸ਼ੈਨ ਬੱਲੇ ਬੱਲੇ ਕਰਵਾ ਗਿਆ ਮੇਰੇ ਵੀਰੋ। ਧੰਨ ਧੰਨ ਕਰਵਾਉਂਦਾ ਹੋਇਆ ਅੱਜ ਦੇ ਕਬੱਡੀ ਕੱਪ ਤੇ ਇਸ ਵੇਲੇ ਸ਼ੈਲੀ ਮੇਰੇ ਵੀਰੋ, ਕਿਤੇ ਅਮਨ ਕਿਤੇ ਸ਼ੈਲੀ ਧੁੰਮਾ ਪਾ ਰਿਹਾ ਇਹ ਨੌਜਵਾਨ। ਅਮਨ ਨੇ ਕਮਾਲ ਦਾ ਜੱਫਾ ਲਾਇਆ, ਸਾਹਮਣੇ ਵੇਖ ਰਿਹਾ ਵੀ ਟੱਕਰ ਗੁਰੂ ਪ੍ਰਕਾਸ਼ੀਪੁਰੀਆ। ਉਧਰ ਜਸਦੀਪ ਕਨੇਡਾ, ਕਰਨ ਧੂੜਕੋਟ ਕਨੇਡਾ, ਮਨਦੀਪ ਕੈਲੀਫੋਰਨੀਆ, ਤਲਵਿੰਦਰ ਬਰਾੜ ਕਨੇਡਾ, ਮੱਗੀ ਦੇ ਨੌ ਜਫੇ 5000 ਦੇ ਹੋਣਗੇ। ਉਧਰ ਰਾਜੂ ਪੱਤੋ, ਗੁਰਭੇਜ ਬਾਂਬਰ ਤੇ ਕਾਜੀ ਮਾੜੂ ਕੇ ਕਹਿੰਦੇ ਮੱਗੀ ਦੇ ਨੌ ਜਫੇ 10000 ਦੇ। ਆਓ ਵੇਖੋ ਸਾਹਮਣੇ ਟੱਕਰ ਸਿਰੇ ਦੀ ਆ, ਸੋ ਵਾਲਾ ਨਿਪੜ ਗਿਆ, ਕੰਮ ਹਜ਼ਾਰਾਂ ਤੇ ਪੁੱਜ ਗਿਆ। ਭੋਲੂ ਬਰਾੜ ਦਾ 31000 ਦਾ ਯੋਗਦਾਨ ਹੈ। ਹਰਦੀਪ ਸਿੰਘ ਬੱਬੀ ਬਾਈ ਕਹਿੰਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਹਰਦੀਪ ਸਿੰਘ ਬੱਬੀ ਬਾਈ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਹਾਫ ਸਮਾਂ ਇਸ ਮੈਚ ਦਾ, ਨਕੋਦਰ ਦੀ ਟੀਮ ਲਈ ਸੁਖੀ ਚੱਟਾ, ਲਵ ਨੂਰਪੁਰ, ਜਸਕੀਰਤ ਪੋਨੀ, ਦੀਪਾ ਸੰਘਾ, ਬਲਵੀਰ ਮੱਧੂ, ਬਾਜਵਾ ਬ੍ਰਦਰ, ਪਾਲਾ ਬਾਜਵਾ, ਗੀਤਾ ਬਾਜਵਾ, ਪੰਮੀ ਰੰਧਾਵਾ, ਸੁਖਦੀਪ ਸਿੰਘ ਯੂਐਸਏ, ਗੁਰਪ੍ਰੀਤ ਸਿੰਘ ਸੁੱਖਾ ਪੰਡਾ ਯੂਐਸਏ। ਮੈਂ ਸੁਖ ਬਰਾੜ ਨੂੰ ਬੇਨਤੀ ਕਰਦਾ ਵੀ ਖੇਡ ਮੈਦਾਨ ਦੇ ਵੱਲ ਆਵੇਗਾ। ਸੁਖ ਬਰਾੜ ਬੇਨਤੀ ਕਰਦਾ ਵੀ ਬਾਈ ਖੇਡ ਮੈਦਾਨ ਦੇ ਵਿੱਚ ਜ਼ਰੂਰ ਪੁੱਜੇ। ਸੁਖ ਬਰਾੜ ਨੂੰ ਬੇਨਤੀ ਹੈ ਵੀ ਪਲੀਜ਼ ਜ਼ਰੂਰ ਖੇਡ ਮੈਦਾਨ ਦੇ ਵਿੱਚ ਆਵੇ। ਅਮਰੀਕ ਬਾਈ ਸੁਖ ਨੂੰ ਭੇਜੀ ਗਰਾਊਂਡ ਦੇ ਵਿੱਚ, ਹਰ ਸਮੇਂ ਦੇ ਸਕੋਰ। ਸੁਖ ਬਾਈ ਨੂੰ ਬੇਨਤੀ ਹੈ ਵੀ ਸੁਖ ਪੱਤੋ, ਇੱਕ ਹੋਰ ਬੇਨਤੀ ਹੈ ਵੀ ਪ੍ਰਬੰਧ ਕਹਿੰਦੇ 5000 ਤੋਂ ਘੱਟ ਹੁਣ ਕੋਈ ਰੁਪਈਆ ਨਹੀਂ ਲੱਗੇਗਾ, ਥੋੜਾ ਧਿਆਨ ਦਿੱਤਾ ਜਾਵੇ। ਪ੍ਰਬੰਧਕ ਵੀਰ ਕਹਿੰਦੇ ਵੀ 5000 ਤੋਂ ਘੱਟ ਜਿਹੜਾ ਨਹੀਂ ਲੱਗੇਗਾ, ਥੋੜਾ ਜ਼ਰੂਰ ਧਿਆਨ ਕਰਿਓ। ਸੁਖ ਪੱਤੋ ਬਾਈ ਨੂੰ ਬੇਨਤੀ ਵੀ ਗਰਾਊਂਡ ਦੇ ਵਿੱਚ ਜ਼ਰੂਰ ਪੁੱਜੇਗਾ। ਵੱਡਾ ਵੀਰ ਨਕੋਦਰ ਦੇ ਨੰਬਰ 16.5, ਨਿਊਜ਼ੀਲੈਂਡ ਦੇ 18, ਬਾਈ ਭੋਲੂ ਬਰਾੜ ਉਹਨਾਂ ਦਾ ਸਨਮਾਨ ਕੀਤਾ ਜਾਣਾ। ਬਾਈ ਭੋਲੂ ਬਰਾੜ ਉਹਨਾਂ ਦਾ ਸਨਮਾਨ ਜਿਹੜਾ, ਬਹੁਤ ਤਕੜਾ ਮੈਚ ਹੈ। ਸੁਖ ਬਰਾੜ ਪਿੰਡ ਵਾਲਿਆਂ ਦਾ ਬਾਗੀ ਹੈ। ਆਹ ਪ੍ਰਮੋਟਰ ਸਾਡਾ ਪੱਤੋ ਹੀਰਾ ਸਿੰਘ ਪਿੰਡ ਨੇ ਕਹਿਣਾ ਵੀ ਨਾ ਨਾ ਬੋਲ, ਪਰ ਬੱਗੇ ਪਿੰਡ ਦੇ ਮੰਗੀ ਵਰਗੇ, ਜੱਗੇ ਚਿੱਟੀ ਵਰਗੇ, ਖੁਸ਼ੀ ਵਰਗੇ ਸਾਰੇ ਖਿਡਾਰੀ ਜਿਹੜੇ ਉਹ ਕਨੇਡਾ ਦੇ ਵਿੱਚ ਮੰਨਿਆ, ਆਹ ਗਰਾਊਂਡ ਦੇ ਵਿੱਚ ਮੰਨਾ ਵੀ ਪੁੱਜਿਆ ਮੇਰੇ ਵੀਰੋ, ਮੰਨਾ ਵੀ ਇਹਨਾਂ ਦੀ ਟੀਮ ਦੇ ਲਈ ਖੇਡਦਾ ਕਨੇਡਾ ਦੇ ਵਿੱਚ, ਵੱਡੀ ਟੀਮ ਕਹਿੰਦੇ ਸੁਖ ਬਰਾੜ ਬਣਾਉਂਦਾ। ਅੱਜ ਦੇ ਟਾਈਮ ਦੇ ਵਿੱਚ ਮਾਲਵੇ ਦੀ ਕਬੱਡੀ ਤੇ ਸਭ ਤੋਂ ਵੱਧ ਕਨੇਡਾ ਦੇ ਵਿੱਚ ਪੈਸੇ ਖਰਚਣ ਵਾਲਾ ਖੇਡ ਪ੍ਰਮੋਟਰ ਹੈ। ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ, ਇਸ ਪੱਤੋ ਪਿੰਡ ਦਾ ਮਾਣ ਹੈ ਸੁਖ ਬਰਾੜ। ਆਏ ਸਾਰੇ ਖਿਡਾਰੀ, ਖੁਸ਼ੀ ਹੋਣੀ, ਮੰਗੀ ਹੋਣੀ, ਜੱਗੇ ਚਿੱਟੀ ਹੋਣੀ, ਮੰਨੇ ਹੋਣੀ ਮੇਰੇ ਵੀਰੋ, ਇਹਨਾਂ ਦੀ ਟੀਮ ਵੱਲੋਂ ਕਨੇਡਾ ਦੇ ਵਿੱਚ ਖੇਡਦੇ ਹੈ। ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੁਖ ਬਰਾੜ ਦਾ, ਡਾਊਨ ਟੂ ਅਰਥ ਪਰਸਨੈਲਿਟੀ ਹੈ, ਵੱਡੀ ਦੇਣ ਹੈ ਅੱਜ ਦੇ ਕੱਪ ਦੇ ਲਈ। ਲਓ ਸਾਹਮਣੇ ਕਹਿਣਾ ਵਾਲਾ ਇਕਬਾਲ ਕਬੱਡੀ ਪਾ ਰਿਹਾ ਹੈ, ਆਓ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਮੇਰੇ ਮਿੱਤਰੋ, ਬਾਈ ਸੁਖ ਨੇ ਕਹਿੰਦੇ ਨਾਂ ਵਧਾਇਆ, ਆਓ ਤੁਸੀਂ ਅੱਜ ਪੱਤੋ 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 ਪੱਤੋ, ਆਓ ਸਾਹਮਣੇ ਇਕਬਾਲ ਹੋਈ ਪਈ ਮੇਰੇ ਮਿੱਤਰੋ। ਇੱਧਰ ਕਹਿੰਦੇ ਰਾਹ ਬੰਦ ਕਰਦੇ ਵੀ ਭੱਜ ਭੱਜ ਭੱਜ, ਓਏ ਖੇਲਾ ਵਾਲਾ ਉੱਡ ਗਿਆ। ਧਾਵੀ ਦਾ ਰਵੀ ਕੈਲਰ ਵਾਲਾ ਕਬੱਡੀ ਪਾ ਰਿਹਾ ਹੈ। ਬੱਗੇ ਪਿੰਡ ਵਾਲੇ ਮੰਗੀ ਦੇ ਦੋ ਜਫਿਆਂ ਤੇ
ਬਜਿੰਦਰਾ ਭਿੰਡਰ ਤੇ ਲੱਭੀ ਮੰਗਲ ਕੈਨੇਡਾ ਵੱਲੋਂ ਕਹਿੰਦੇ 10,000 ਦਿੱਤਾ ਜਾਣਾ ਹੈ। ਮੰਗੀ ਦੇ ਦੋ ਜਫੇ ਬਲਜਿੰਦਰੇ ਭਿੰਡਰ ਤੇ ਲੱਭੀ ਨੰਗਲ ਵੱਲੋਂ ਕਹਿੰਦੇ 10,000 ਦੇ ਲੱਗਣਗੇ। ਰੁੜਕੇ ਦੇ ਕੱਪ ਦੇ ਲਈ ਲੱਭੀ ਨੰਗਲ ਤੇ ਬਲਜਿੰਦਰੇ ਭਿੰਡਰ ਵੱਲੋਂ 1,00,000 ਦਾ ਯੋਗਦਾਨ ਹੋਵੇਗਾ। ਲੈ ਵੀ ਅਮਰੀਕ ਕਰਦੇ ਸੱਤ ਯਾਰਾ ਇਸ ਵੇਲੇ ਬੋਲਿਆ ਹੋਇਆ ਧਾਵਾ ਨੌਜਵਾਨ ਗੱਭਰੂ ਦਾ ਉੱਧਰ ਹਲਵਾ ਉੱਧਰ ਜਿੱਕੀ ਕੈਨੇਡਾ ਘੋੜੀਆਂ ਵਾਲਾ ਤੇ ਲਵਲੀ ਪੱਤੋ ਉਹਨਾਂ ਵੱਲੋਂ ਮੰਗੀ ਦੇ ਜੱਫਿਆਂ ਦੇ ਉੱਪਰ 5,000 ਦਿੱਤਾ ਜਾਵੇਗਾ। ਗੱਲਾਂ ਲੱਗਣਗੀਆਂ ਟਿਕਾਣੇ ਜੱਗੀ ਬਾਈ ਬੈਠਾ ਦਬਾਵਾਂ ਦੇ ਮੈਂ ਅੱਜ ਕਿਵੇਂ ਵਾਕਈ ਚੋਟੀ ਦਾ ਮੈਂ ਸਿਰੇ ਦੀ ਟੱਕਰ ਰਾਜੂ ਯੂਐਸਏ ਗਰਭੇਜ ਬਾਂਦਰ ਤੇ ਗਾਧੀ ਮਾਰੂ ਕੇ ਹਰਭਜਨ ਸਿੰਘ ਜੀ ਸਿੱਧੂ ਹੋਣਾ ਦਾ ਸੋਨੇ ਹੋਣਾ ਦਾ ਅਮਰਜੀਤ ਬਰਾੜ ਹੋਣਾ ਦਾ ਸਪੈਸ਼ਲ ਤੌਰ ਤੇ ਧੰਨਵਾਦ ਹੈ। ਸਾਹਮਣੇ ਇਸ ਵੇਲੇ ਕਬੱਡੀ ਕਹਿੰਦੇ ਬੰਟੀ ਪਾ ਰਿਹਾ ਕਮਲਜੀਤ ਜੰਡ ਕੁਹਾਰੇ ਵਾਲਾ ਪੁੱਜਾ ਹੋਇਆ ਪਿੱਛੇ ਤੌਰ ਤੇ ਧੰਨਵਾਦ ਹੈ। ਆਓ ਸਾਹਮਣੇ ਟੱਕਰ ਸਿਰੇ ਵੀ ਹੈ ਮੇਰੇ ਵੀਰੋ ਟਰੰਟੋ ਪੰਜਾਬੀ ਨਕੋਦਰ ਦੀ ਟੀਮ ਇਸ ਵੇਲੇ ਕਹਿੰਦੇ ਬੱਲੇ ਬੱਲੇ ਕਰਵਾ ਰਹੀ ਹੈ ਐਨ ਤਕੜਾ ਜੱਫਾ ਬੰਟੀ ਨੂੰ ਖੇਡ ਮੈਦਾਨ ਦੇ ਵਿੱਚ ਮੁੰਡਾ ਐਨ ਸਿਰੇ ਦਾ ਜੱਫਾ ਮੇਰੇ ਵੀਰੋ ਲਾਉਣ ਦੀ ਕੋਸ਼ਿਸ਼ ਪਰ ਸੰਘਰਸ਼ ਹੀ ਆ ਰਹੀ ਹੈ ਐਨ ਜ਼ੋਰ ਲੱਗਿਆ ਹੋਇਆ ਨੰਬਰ ਇਸ ਵੇਲੇ ਕਹਿੰਦੇ ਨਕੋਦਰ ਦਾ ਬੱਲੇ ਬੱਲੇ ਕਰਵਾਤੀ ਕਾਲੇ ਮਾਲੇ ਵਾਲੇ ਨੇ ਕਾਲੇ ਮਾਲੇ ਵਾਲੇ ਲਈ 2,000 ਮੰਨਿਆ ਹੋਰ ਨੋਟ ਕਰ ਲੈ ਬਲਜਿੰਦਰਾ ਭਿੰਡਰ ਕੋਚ ਪੱਤੋ ਤੇ ਸੀਤੇ ਮੱਲੇ ਵੱਲੋਂ ਤੇ ਭੁੱਲਰ ਵੀਲੇ ਵੱਲੋਂ ਦਿੱਤਾ ਜਾ ਰਿਹਾ ਸਾਹਮਣੇ ਕਬੱਡੀ ਅਨੂ ਨੇ ਪਾ ਦਿੱਤੀ ਹੈ ਸਮਿਤ ਸੇਵਾ ਉਧਰ ਐਲਾਨ ਕਰ ਰਹੇ ਸਾਡੇ ਵੀਰ ਮਾਣ ਕਰ ਰਹੇ ਕਬੱਡੀ ਦੇ ਖਿਡਾਰੀਆਂ ਦਾ ਸਿਰੇ ਦੀ ਕਬੱਡੀ ਹੋ ਰਹੀ ਹੈ ਸਾਹਮਣੇ ਰਵੀ ਦੀ ਪਈ ਹੋਰ ਰੇਡ ਜਾਫੀ ਇਸ ਵੇਲੇ ਸਨੀ ਕਾਲੇ ਸੰਘਿਆਂ ਵਾਲਾ ਕਾਲੇ ਸੰਘਿਆਂ ਵਾਲਾ ਸਿਰਾ ਕਰੀ ਜਾਂਦਾ ਹੈ ਪੱਲੇ ਪੱਲੇ ਕਰਵਾਈ ਜਾਂਦਾ ਹੈ ਨਕੋਦਰ ਦੀ ਟੀਮ ਜਿਤਾਈ ਜਾਂਦਾ ਹੈ। ਇਹ ਕਹਿੰਦੇ ਗਲੇਰੀਏਟਰ ਦੀ ਕਿਤੇ ਟੀਮ ਦੀ ਚਰਚਾ ਹੈ ਕਿਤੇ ਕਬੱਡੀ ਦੇ ਕਿੰਗ ਦੀ ਟੀਮ ਦੀ ਚਰਚਾ ਹੈ ਅੱਜ ਕਹਿੰਦੇ ਕਿੰਗ ਦੀ ਟੀਮ ਖੇਡ ਰਹੀ ਫਾਈਨਲ ਮੈਚ ਤੇ ਦੂਸਰੇ ਪਾਸੇ ਬੰਟੀ ਦੀ ਟੀਮ ਆਓ ਲੱਡੇ ਦੀ ਕਬੱਡੀ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਉੱਧਰ ਕਹਿੰਦੇ ਮੱਗੀ ਦੇ ਨੌ ਜੱਫਿਆਂ ਦੇ ਉੱਪਰ ਵਿੱਕੀ ਕੈਨੇਡਾ ਘੋੜੀਆਂ ਵਾਲਾ ਜਸਵੀਰ ਟੋਡੀ ਕੈਨੇਡਾ ਬਰਫੈਲ ਪੱਬੂ ਖਾਲਸਾ ਉਹ ਕਹਿੰਦੇ ਵੀ ਮੱਗੀ ਦੇ ਦੋ ਜੱਫਿਆਂ ਦਾ ਨਾਂ ਲਵਲੀ ਪੱਤੋੜੀ 10,000 ਦਿੱਤਾ ਜਾਵੇਗਾ। ਮੋਹਿਤ ਤਕੜਾ ਜੱਫਾ ਲਾ ਗਿਆ ਮੇਰੇ ਵੀਰੋ ਮੋਹਿਤ ਤਕੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾਉਂਦਾ ਹੋਇਆ ਅਗਲੀ ਕਬੱਡੀ ਕਾਸ਼ੀਪੁਰੀ ਹੈ ਇਸ ਵੇਲੇ ਦੀਪਕ ਭਾ ਰਿਹਾ ਹੈ ਲਾਸਟ ਪਲਾਂ ਤੇ ਖੇਡਿਆ ਜਾ ਰਿਹਾ ਹੈ ਇਸ ਸਿਰੇ ਦਾ ਫਾਈਨਲ ਮੈਚ ਮੇਰੇ ਵੀਰੋ ਹਾਫ ਸਮੇਂ ਤੋਂ ਬਾਅਦ ਹੀ ਖੇਡ ਚੱਲ ਰਹੀ ਹੈ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾ ਰਹੇ ਹੈ ਸਨੀ ਕਾਲੇ ਸੰਘਿਆਂ ਵਾਲੇ ਤੇ ਕਹਿੰਦੇ ਦੀਪਕ ਦੇ ਦਰਮਿਆਨ ਪਈ ਹੋਈ ਟੱਕਰ ਲੱਗਿਆ ਪਿਆ ਜ਼ੋਰ ਤੇ ਕਾਸ਼ੀਪੁਰੀਆ ਤਕੜਾ ਨੰਬਰ ਜੋੜਦਾ ਅਨੂ ਦੀ ਰੇਡ ਤੇ ਅਮਰੀਕ ਗੱਲ ਅਨੂ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਅਨੂ ਦੀ ਕਬੱਡੀ ਪੈ ਰਹੀ ਹੈ ਉੱਧਰ ਮੁੰਡੇ ਕਹਿੰਦੇ ਗੁਰਲਾਲ ਦਾ ਸਨਮਾਨ ਕੀਤਾ ਜਾ ਰਿਹਾ ਗੁਰਲਾਲ ਮਾੜੂ ਕੇ ਪਿੰਡ ਵਾਲਾ ਚਲੋ ਦਵਾਵਾਂ ਦੇ ਵੱਡੇ ਭਰਾਵੇ ਲਈ ਮੈਂ ਪਹਿਲਾਂ ਆਖਿਆ ਵੀ ਮਾਲਵੇ ਦੀ ਟੀਮ ਦੇ ਲਈ ਖੜ ਗਿਆ ਮੇਰੇ ਮਿੱਤਰੋ ਉਹ ਮਾੜੂ ਕਲਾ ਗੁਰਲਾਲ ਕਹਿੰਦੇ ਖੜ ਗਿਆ ਮੇਰੇ ਮਿੱਤਰੋ ਨੰਬਰ ਅਨੂ ਵੀ ਸਿਰਾ ਕਰ ਰਿਹਾ ਹੈ ਅਨੂ ਵੀ ਸਿਰਾ ਕਰ ਰਿਹਾ ਹੈ ਬੁੱਢਾ ਥੇ ਵਿਆਸ ਵਾਲਾ ਬੱਲੇ ਬੱਲੇ ਕਰਵਾ ਰਿਹਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਰਵੀ ਇਸ ਵੇਲੇ ਵਾਧਾ ਹੋਇਆ ਹੈ ਕੈਲਰ ਵਾਲਾ ਮੰਗੀ ਦੇ ਦੋ ਜੱਫਿਆਂ ਦਾ 10,000 ਹੈ ਮੇਰੇ ਵੀਰੋ ਆਓ ਪਈ ਹੋਈ ਰੇਡ ਬੋਲਿਆ ਹੋਇਆ ਧਾਵਾ ਹੁਣ ਕੌਣ ਠੱਲਦਾ ਮੇਰੇ ਵੀਰੋ ਕਾਲਾ ਨੌਜਵਾਨ ਗੁਰੂ ਨਾਲ ਵੇਖਦਾ ਵੀ ਗੁਰੂ ਦੇ ਕਹਿੰਦੇ ਤਿੰਨ
ਤਿੰਨ ਜੱਫਿਆਂ ਤੇ 10,000 ਦੀ ਗੱਲ ਕੀਤੀ ਹੈ, ਪਰ ਸਾਹਮਣੇ ਰਵੀ ਤਗੜਾ ਨੰਬਰ ਜਿਹੜਾ ਹੈ ਆਪਣੀ ਟੀਮ ਲਈ ਜੋੜਦਾ ਹੋਇਆ ਚਿੱਤਪਾਲ ਚਿੱਟੀ ਵਾਲੇ ਦੀ ਕਬੱਡੀ ਪੈਣ ਜਾ ਰਹੀ ਹੈ। ਉਧਰ ਜਗਤਾਰ ਝੰਡੇ ਵਾਲੀਆਂ ਸੁੱਖ ਬਾਈ ਕਹਿੰਦਾ ਵੀ ਜਗਤਾਰ ਵੱਲੋਂ ਬੋਲਦੇ ਹੋ ਇੱਥੇ ਮੇਰੇ ਡਾਬੇ 5,000 ਪਹਿਲੀ ਪਹਿਲੀ ਪੈ ਰਹੀ ਹੈ ਮੇਰੇ ਮਿੱਤਰੋ ਜਗਤਾਰ ਝੰਡੇ ਵਾਲੀਆਂ ਕਹਿੰਦਾ 5,000 ਦਿੱਤਾ ਜਾਵੇਗਾ। ਉਧਰ 10 ਮਾਰਚ ਜੰਡਪੁਰੀਆ ਪੀਤਾ ਕਹਿੰਦਾ ਪੈਸਾ ਨੂੰ ਪੱਟੋ ਹੀਰਾ ਸਿੰਘ ਦਾ ਕਬੱਡੀ ਕੱਪ ਹੈ। ਆਜ਼ਾਦ ਕਲੱਬ ਦੇ ਸਾਰੇ ਹੀ ਨੁਮਾਇੰਦਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਬੂਟੇ ਬਾਈ ਉਹਨਾਂ ਦਾ, ਸੋਨੀ ਉਹਨਾਂ ਦਾ ਜਿਨ੍ਹਾਂ ਨੇ ਵੱਡੀ ਮਿਹਨਤ ਕੀਤੀ, ਭੱਲੇ ਬਾਈ ਉਹਨਾਂ ਦਾ, ਜੱਸੀ ਉਹਨਾਂ ਦਾ, ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੈ ਜੋ ਵੱਡਾ ਸਾਥ ਦਿੰਦੇ ਹੈ। ਹਰਦੀਪ ਸਿੰਘ ਬੱਬੀ ਬਾਈ ਦਾ ਸਾਹਮਣੇ ਪਈ ਹੋਈ ਕਬੱਡੀ ਗੱਭਰੂ ਮੇਰੇ ਵੀਰੋ ਲੱਡਾ ਲੱਡਾ ਬਲਪੁਰੀਆਂ ਵਾਲਾ ਕਬੱਡੀ 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 ਕਰਦਾ ਹੋਇਆ ਆਓ ਸਾਹਮਣੇ ਕਹਿੰਦੇ ਕਬੱਡੀ 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 ਕੁੰਪੰਪੀ 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 ਨਾ ਤਗੜਾ ਜੱਸਾ ਇਹ ਰਵੀ ਦਾ ਵੀਰ ਹੈ ਇਹ ਰਵੀ ਦਾ ਵੀਰ ਹੈ ਅਮਨ ਦਿਓਰੇ ਵਾਲਾ ਉਧਰ ਕਾਲੇ ਦੇ ਚਿੱਟੇ ਤੇ ਗੁਰਗੁਰੇਜ ਬਾਬਰ ਕਾਜੀ ਮਾੜੂ ਕੇ ਰਾਜੂ ਪੱਤੋ ਕਹਿੰਦੇ ਇੱਕ ਜੱਥੇ ਦਾ 10,000 ਸੰਗਿਆਂ ਦਾ ਆਓ ਪਰ ਨੰਬਰ ਇਸ ਲਈ ਕਹਿੰਦੇ ਧਾਵੀ ਦਾ ਨੰਬਰ ਰੇਡਰ ਦਾ ਨੰਬਰ ਇਸ ਲਈ ਰਵੀ ਕੈਲਰ ਵਾਲਾ ਬੇ ਆਫ ਪਲੰਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਦੇ ਲਈ ਜੋੜਦਾ ਹੋਇਆ ਅਨੂ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਆਓ ਸਾਹਮਣੇ ਰੇਡ ਪੈ ਰਹੀ ਹੈ ਜਸਦੀਪ ਕੈਨੇਡਾ ਕਰਨ ਧੂੜ ਤੋੜ ਮਨਦੀਪ ਕਹਿੰਦੇ ਬੋਲ ਰਹੀਆਂ ਤਲਵਿੰਦਰ ਬਰਾੜ ਬੰਗੀ ਦੇ ਦੋ ਜਸੇ 5,000 ਦੇ ਉੜ ਗਏ ਮੈਂ ਸੁਖਰਾਜ ਨੂੰ ਬੇਨਤੀ ਕਰਦਾ ਸੁਖਰਾਜ ਕਹਿੰਦੇ ਮਾਣ ਹੈ ਏਰੀਏ ਦਾ ਉਹ ਕਿਰਪਾ ਕਰਕੇ ਬਾਈਕ ਦੇ ਉੱਪਰ ਆ ਜਾਵੇ ਸੁਖਰਾਜ ਰੋਟੇ ਨਾ ਸਾਹਮਣੇ ਕਾਸ਼ੀਪੁਰੀਆ ਦੀਪਕ ਨੌਜਵਾਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਇਹ ਦੀਪਕ ਹੈ ਕਾਸ਼ੀਪੁਰੀ ਹੈ ਹਰਿਆਣੇ ਦਾ ਸ਼ੋਰ ਹੈ ਇੱਕ ਕੰਨੀ ਤੇ ਮੰਗੀ ਪੱਗੇ ਪਿੰਡ ਵਾਲਾ ਸਨੀ ਕਾਲੇ ਸੰਗਿਆਂ ਵਾਲਾ ਮੇਰੇ ਵੀਰੋ ਔਰ ਨਾਲ ਗੁਰੂ ਵਰਗੇ ਖਿਡਾਰੀ ਕਾਲੇ ਮਾਲੇ ਵਾਲੇ ਨੇ ਪੱਤੋ ਦੇ ਮੇਲੇ ਤੇ ਸਿਰਾ ਕਰਾਤਾ ਮਾਲੇ ਵਾਲੇ ਕਾਲੇ ਨੇ ਕਹਿੰਦੇ ਪੱਤੋ ਦੇ ਮੇਲੇ ਤੇ ਸਿਰਾ ਕਰਾਤਾ ਹੈ ਪਰ ਕਾਸ਼ੀਪੁਰੀ ਹੈ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਰੇਡ ਇਹ ਹੈ ਨੌਜਵਾਨ ਚਿੱਤਪਾਲ ਚਿੱਟੀ ਵਾਲਾ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਸੁਖਰਾਜ ਰੋਟੇ ਨੂੰ ਬੇਨਤੀ ਹੈ ਵੱਡਾ ਵੀਰ ਕਿਰਪਾ ਕਰਕੇ ਆ ਜਾਵੇਗਾ ਆਓ ਸਾਹਮਣੇ ਰੇਡਾਂ ਪੈ ਰਹੀਆਂ ਜੱਫੇ ਲੱਗਦੇ ਆਓ ਚੁਬੀਆਂ ਬੇਬੀਆਂ ਮੇਰੇ ਮਿੱਤਰੋ ਆਓ ਚਿੱਤਪਾਲ ਵਾਲਾ ਕਹਿੰਦੇ ਚਿੱਤਪਾਲ 5,000 ਦੀ ਦੂਜੀ ਪਾ ਗਿਆ ਲਓ ਇਸ ਲਈ ਤਕੜਾ ਨੰਬਰ ਚਿੱਤਪਾਲ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਰਵੀ ਕੈਲਰ ਵਾਲੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਟੂਨੀ ਸਿੰਧੂ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਰੁੜ ਕੇ ਉਹਨਾਂ ਦਾ ਧੰਨਵਾਦ ਹੈ ਜਥੇਦਾਰ ਹਾਕਮ ਸਿੰਘ ਟੂਨਾ ਬਾਰੇ ਵਾਲੀ ਆ ਵਿਸ਼ੇਸ਼ ਤੌਰ ਤੇ ਮੇਜਰ ਲੀਗ ਦੇ ਪਾਲਾ ਮੌਲੀ ਜੀ ਉਹਨਾਂ ਦਾ ਸੁਖਜੀਤ ਪੰਡਾਲ ਉਹਨਾਂ ਦਾ ਸਾਰੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਬੱਡੀ ਕੋਚ ਸ਼੍ਰੀ ਦੇਵੀ ਦਿਆਲ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਬੱਡੀ ਦੇ ਗਲੈਡੀਏਟਰ ਸੰਦੀਪ ਨੰਗਲੰਮੀਆਂ ਦੀ ਯਾਦ ਨੂੰ ਸਮਰਪਿਤ ਇਹ ਮੇਜਰ ਲੀਗ ਦਾ ਖੇਡ ਸੀਜ਼ਨ ਜਿਹੜਾ ਹੈ ਖੇਡਿਆ ਜਾ ਰਿਹਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੱਤੋ ਹੀਰਾ ਸਿੰਘ ਦੇ ਕਬੱਡੀ ਕੱਪ ਨੂੰ ਸਫਲ ਕਰਨ ਦੇ ਲਈ ਵੱਡੇ ਯੋਗਦਾਨ ਪਾਏ ਹੈ ਬਹੁਤ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਇਧਰ ਵਾਟਰ ਬ੍ਰੇਕ ਹੋਈ ਹੈ ਵਿੱਕੀ ਕੈਨੇਡਾ ਤੇ ਲਵਲੀ ਪੱਤੋ ਦੇ ਵੱਲੋਂ
ਬੱਗਿਆਂ ਵਾਲੇ ਮੰਗੀ ਦੇ ਤਿੰਨ ਜੱਫੇ ਕਹਿੰਦੇ 10,000 ਦੇ ਹੋਣਗੇ। ਬੜਾ ਤਕੜਾ ਮੁਕਾਬਲਾ ਹੈ, ਚਾਰ ਚਫੇਰਾ ਭਰਿਆ ਹੋਇਆ ਯਾਰ ਕਬੱਡੀ ਕਲੱਬ ਪੱਤੋ ਦੇ ਵੱਲੋਂ ਵੱਡਾ ਖੇਡ ਮੇਲਾ ਕਰਾਇਆ ਜਾ ਰਿਹਾ। ਕੱਲ ਦਾ ਦਿਨ ਕਹਿੰਦੇ ਬਾਗੜੀਆਂ ਦੀ ਚੈਂਪੀਅਨਸ਼ਿਪ ਹੋਣੀ ਹੈ, ਉਹਦੇ ਲਈ ਵੀ ਆਪ ਸਭ ਨੂੰ ਖੁੱਲ੍ਹਾ ਸੱਦਾ। 8 ਤਰੀਕ ਕਹਿੰਦੇ ਮਹਿਣੇ ਦੇ ਵਿੱਚ ਰੌਣਕਾਂ ਲੱਗਣਗੀਆਂ, ਸਾਡੇ ਵੀਰ ਭਿੰਦਰ ਹੋਣਾ ਦੇ ਵੱਲੋਂ ਸੱਦਾ ਦਿੱਤਾ ਜਾ ਰਿਹਾ। ਬੜਾ ਵਧੀਆ ਮੁਕਾਬਲਾ, ਤਾਂ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਥੋੜ੍ਹੇ ਆਰਾਮ ਦੇ ਪਲ ਮੈਚ ਰੁਕਿਆ, ਹੁਣ ਦੇਖਾਂਗੇ ਵੀ ਕਬੱਡੀ ਕਿਸ ਗੱਭਰੂ ਨੇ ਪਾਉਣੀ ਹੈ। ਕੈਮਰੇ ਫੋਕਸ ਨੇ, ਦੁਨੀਆ ਦੇ ਨਿਗਾਹਾਂ ਗੱਡੀਆਂ ਹੋਈਆਂ, ਵਿਸਲਾਂ ਵੱਜ ਰਹੀ ਹੈ। ਗੁਰਜੀਤ ਖਾਲਸਾ, ਰੇਸ਼ਮ ਫੋਲਿਆ ਜਾਂ ਬਿੱਲਾ ਗਾਲਬ ਹੈ, ਤਾਂ ਉਹ ਸਾਹਮਣੇ ਕਬੱਡੀ ਪਾਉਣ ਦੇ ਲਈ ਸਾਨੂੰ ਬੁੱਢਾ ਫੇਰਾ ਕਹਿੰਦੇ ਅੱਗੇ ਵੱਲ ਵਧਦਾ ਹੋਇਆ। ਸਾਹਿਬ 7-6 ਜੱਫੇ ਨੇ ਦੱਸਿਓ ਯਾਰਾ, 7-6 ਜੱਫੇ, ਮੇਰਾ ਖਿਆਲ ਹੈ ਇਹ ਮੈਚ ਜਿਹੜਾ ਹੈ ਇੱਕ ਜੱਫੇ ਦੇ ਫਰਕ ਦੇ ਨਾਲ, ਬਲਾਨ ਸਾਹਿਬ ਸਹੀ ਹੈ 7-6 ਜੱਫਿਆਂ ਦੇ, ਐਨ ਮੈਂ ਸਹੀ ਬੋਲਿਆ ਜੀ, ਐਨ ਕਹਿੰਦੇ ਸਾਹਮਣੇ ਕਬੱਡੀ ਅਨੂ ਨੇ ਪਾ ਦਿੱਤੀ ਹੈ। ਬਰਾਬਰੀ ਤੇ ਮੈਚ ਹੈ, ਸੁਪਰ ਫਾਈਨਲ ਹੈ, ਇਹ ਪੱਤੋ ਦਾ ਕੱਪ ਹੈ, ਸਾਹਮਣੇ ਵੇਖਦਾ ਹੈ ਅਨੂ ਤਕੜਾ ਨੰਬਰ ਜਿਹੜਾ ਹੈ ਆਪਣੀ ਟੀਮ ਦੇ ਹਿੱਸੇ, ਇਹਨਾਂ ਦੇ ਟੋਰਾਂਟੋ ਪੰਜਾਬੀ ਨਕੋਦਰ ਦੀ ਟੀਮ ਦੇ ਲਈ ਮੰਨਾ ਬਲ ਨਾਲ ਪੁੱਜਿਆ ਹੋਇਆ, ਪਿਆਰ ਹੈ ਸੁਖਮ ਰਾਜ ਦੇ ਨਾਲ, ਭਾਵੇਂ ਉਹ ਚਿੱਟੀ ਵਾਲੇ ਜੱਗੇ ਦੀ ਗੱਲ ਹੈ, ਪਰ ਸੂਰਪੁਰੀਆ ਕੱਦੂ ਕੰਨੀ ਤੇ ਆ ਗਿਆ, ਸਾਹਮਣੇ ਬਾਂਟੀ ਨੇ ਕਬੱਡੀ ਪਾ ਦੀ ਹੈ, ਲੈ ਵੀ ਸੁਖਰਾਜ ਹੈ ਕਰ ਸਕਤੇ ਯਾਰਾ। ਲਓ ਟੋਰਾਂਟੋ ਪੰਜਾਬੀ ਕਬੱਡੀ ਕਲੱਬ ਨਕੋਦਰ ਦੇ ਤਿਆਰ ਨੇ, ਚਾਰੇ ਤਿਆਰ ਬਰ ਤਿਆਰ ਨੇ, ਆਓ ਪੈਂਦੀ ਰੇਡ ਲੱਗਦਾ ਜੋਰ ਹਰਦੀ ਪਾਸੇ, ਕਬੱਡੀ 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 ਸੋਨਪੁਰੀਆ, ਤੇ ਟਿੱਬਿਆ ਕਿੱਥੇ ਲੋਨ ਆਉਂਦਾ, ਮੁੰਡਾ ਉੱਡੀ ਉੱਡੀ ਉਹ ਕਰਦਾ, ਅਗਲੀ ਰੇਡ ਪਾਉਣ ਦੇ ਲਈ ਚਿੱਤ ਪਾਲ ਆ ਗਿਆ, ਡੱਬੀ ਨਿਕਲਦਾ ਐਨਆਰ ਨਕੋਦਰ ਦੇ ਲਈ, ਟੋਰਾਂਟੋ ਪੰਜਾਬੀ ਕਲੱਬ ਲਈ ਬਹੁਤ ਵੱਡਾ ਯੋਗਦਾਨ ਹੈ। ਮੰਨੇ ਨਕੋਦਰ ਹੁਣੀ ਆਇਆ ਹੋਇਆ ਪੈਂਦੀ ਹੋਈ ਰੇਡ ਦੇ ਚਾਰਾਂ ਦੇ ਵਿੱਚੋਂ, ਮੋਹਿਤ ਵੀਕ ਤਿਆਰ ਹੈ, ਸੁਮਿਤ ਸ਼ਿਵਾ ਤਿਆਰ ਹੈ, ਅਮਰਾ ਦਿਓਰੇ ਵਾਲਾ ਤਿਆਰ ਬਰ ਤਿਆਰ, ਤਾਂ ਪੈਂਦੀ ਰੇਡ ਲੱਗਦਾ ਜ਼ੋਰ, ਹੁਣਦੀ ਮਾਂ ਮਿੱਟੀ ਦੀ ਧੂੜ, ਆਓ ਸਾਹਮਣੇ ਟੱਕਰ ਸਿਰੇ ਦੀ, ਪਰ ਨੰਬਰ ਵਾਹ ਓਏ ਚਿੱਟੀ ਵਾਲਿਆ, ਜਿਨ੍ਹਾਂ ਨੂੰ ਚਿੱਤ ਪਾਲਦੀਆਂ ਰੇਡਾਂ ਵਧੀਆ ਲੱਗੀਆਂ, ਇੱਕ ਵਾਰੀ ਤਾੜੀਆਂ ਮਾਰ ਲਓ ਮੁੰਡੇ ਦੇ ਨਾਂ ਤੇ, ਬੱਲੇ ਬੱਲੇ ਕਰਵਾ ਰਿਹਾ ਚਿੱਤ ਪਾਲ ਚਿੱਟੀ ਵਾਲਾ। ਆਓ ਸਾਹਮਣੇ ਕਬੱਡੀ ਨੌਜਵਾਨ ਗੱਭਰੂ ਦੀ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ, ਰਵੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ, ਭੁੱਲਰ ਬੀਲਾ ਯੂਕੇ ਤੋਂ ਚੇਚੇ ਤੌਰ ਤੇ ਕੋਚ ਉਹਨਾਂ ਦਾ, ਪਲਜਿੰਦਰੇ ਭਿੰਡਰ ਉਹਨਾਂ ਦਾ ਸਾਥੀ ਪੁੱਜਿਆ ਹੈ, ਉਹਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਰਿਹਾ, ਕੁਲਦੀਪ ਕਲੇਰ ਚੂੜ ਚੱਕੀ ਦਾ, ਗੁਰਦੀਪ ਲੰਗਰ ਦਾ, ਔਰ ਨਾਲ ਕਹਿੰਦੇ ਕੁਲਦੀਪ ਕਲੇਰ ਦੇ ਜਿੰਨੇ ਵੀ ਸਾਥੀ ਆਏ ਆ ਸਾਰਿਆਂ ਨੂੰ ਜੀ ਆਇਆਂ ਨੂੰ, ਸਾਹਮਣੇ ਇਸ ਵੇਲੇ ਕਾਲੇ ਦੀ ਕੋਸ਼ਿਸ਼ ਤੇ ਨੰਬਰ, ਉਧਰ ਬਾਈ ਬੱਬੀ ਉਹਨਾਂ ਦੇ ਜਿੰਨੇ ਵੀ ਸਹਿਯੋਗੀ ਆਏ ਆ, ਥਾਣਾ ਬਦਰੀ ਘਰਾਂ ਦਾ ਸਟਾਫ ਸਾਡੇ ਦਰਮਿਆਨ ਆਇਆ, ਬਾਈ ਜਗਦੇਵ ਰਾਮਵਾਲੀ ਹੈ, ਬਾਈ ਸੁਖਣੇ ਨਾਲ ਸੰਪਰਕ ਕਰ ਲਵੇ, ਪੰਜਾਬ ਟਾਈਗਰ ਕਬੱਡੀ ਕਲੱਬ ਦੀ ਗੱਲ ਚੱਲਦੀ ਹੈ, ਬਾਈ ਜਗਦੇਵ ਸਾਡੇ ਦਰਮਿਆਨ ਪੁੱਜਿਆ ਹੋਇਆ, ਬਾਈ ਸੁਖਣੇ ਨਾਲ ਸੰਪਰਕ ਕਰ ਲਵੇ, ਆਓ ਸਿਰੇ ਦਾ ਮੁਕਾਬਲਾ, ਅਨੂ ਬੁੱਢਾ ਹੱਥੇ ਵਾਲਾ ਕਬੱਡੀ ਪਾ ਰਿਹਾ, ਉਧਰ ਹਰਜੀਤ ਸਿੰਘ ਜੀ ਮੁੱਖ ਮੰਚੀ, ਨਾਲ ਸਾਡੇ ਹਰਦੀਪ ਉਹਨਾਂ ਦਾ ਤੇ ਜਿੰਨੇ ਵੀ ਸਤਿਕਾਰਯੋਗ ਆਏ ਹੈ, ਨਾਲ ਸਾਡੇ ਜਗਦੀਪ ਵੀਰ ਧੂੜਕੋਟ ਉਹਨਾਂ ਦਾ ਧੰਨਵਾਦ, ਪਰ ਬੁੱਢਾ ਹੱਥੇ ਵਾਲਾ ਆਓ ਚਲਾ ਚਲਾ ਮਾਰ ਜੁੜਦਾ ਹੋਇਆ, ਹਰਜਿੰਦਰ ਬਾਈ ਦਾ ਵੀ ਸਪੈਸ਼ਲ ਤੌਰ ਤੇ ਧੰਨਵਾਦ ਹੈ, ਬਾਈ ਹਰਜਿੰਦਰ ਪੰਜਾਬ ਪੁਲਿਸ ਵਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ, ਸਰਦਾਰ ਸਰਵਣ ਸਿੰਘ ਜੀ ਪੁੱਜੇ ਹੋਏ ਨੇ, ਡੀਐਸਪੀ ਸਾਹਿਬ ਆਪ ਆਏ ਹੈ, ਐਸਐਚਓ ਸਾਹਿਬ ਪੁੱਜੇ ਹੋਏ ਹੈ, ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ, ਟੱਕਰ ਸਿਰੇ ਦੀ ਹੈ ਮੇਰੇ ਵੀਰੋ, ਕਾਸ਼ੀਪੁਰੀਆ ਤਕੜਾ ਨੰਬਰ ਜੋੜਦਾ ਹੋਇਆ, ਸੁਖ ਬਰਾੜ ਦਾ ਮੇਲਾ ਹੈ, ਕਹਿੰਦੇ ਰਾਜੂ ਅਮਰੀਕਾ ਵਾਲੇ ਦਾ ਮੇਲਾ ਹੈ, ਗਾਧੀ ਮਾਣੂਕੇ ਵਾਲੇ ਦਾ ਅੱਜ ਮੇਲਾ, ਗੁਰਭੇਜ ਬਾਂਦਰ ਦਾ, ਹਰਭਜਨ ਹੋਣਾ ਦਾ, ਅਮਰਜੀਤ ਬਰਾੜ ਦਾ, ਸੋਨੇ ਹੋਣਾ ਦਾ, ਵੱਡਾ ਯੋਗਦਾਨ ਮੇਰੇ ਵੀਰੋ ਕੋਚ ਪੱਤੋ ਹੋਣਾ ਦਾ ਇੰਗਲੈਂਡ ਤੋਂ ਅੱਜ ਦੇ ਇਸ ਕਬੱਡੀ ਕੱਪ ਦੇ ਲਈ, ਸਾਹਮਣੇ ਨੌਜਵਾਨ ਦੀ ਕੋਸ਼ਿਸ਼ ਕੀਤੀ ਹੋਈ, ਬੱਲੇ 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 ਵਾਹ ਹੋਏ ਗੱਭਰੂ ਹੈ, ਚਿੱਤ ਪਾਲ ਨੇ ਵੀ ਕਹਿੰਦੇ ਚਿੱਤ
ਖੁਸ਼ ਕਰ ਦਿੱਤੇ ਆ ਲੋਕਾਂ ਦੇ। ਚਿੱਟੀ ਵਾਲਾ ਵੀ ਸਿਰਾ ਲਾਈ ਤੁਰਿਆ ਆਉਂਦਾ, ਅੱਗੇ ਵਾਲੇ ਮੰਗੀ ਦੇ ਕਹਿੰਦੇ ਤਿੰਨ ਜੱਫੇ ਲਵਲੀ ਪੱਤੋ, ਇਹ ਨਾਲ ਵਿੱਕੀ ਕੈਨੇਡਾ, ਇਹਨਾਂ ਵੀਰਾਂ ਦੇ ਵੱਲੋਂ 10,000 ਦੇ ਹੋਣਗੇ। ਰਵੀ ਕੈਦਰਮ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਬਹੁਤ ਤਿਆਰ ਹੈ, ਹੱਥਾਂ ਨੂੰ ਕਲੀ ਲਾਈ ਹੈ, ਪਰਮਾਤਮਾ ਨੂੰ ਯਾਦ ਕੀਤਾ। ਉਧਰ ਰਾਜੂ ਪੱਤੋ ਗੁਰਭੇਜ ਤੇ ਕਾਜੀ ਹੁਣ ਵੱਲੋਂ ਕਾਲੇ ਮਾਲੇ ਵਾਲੇ ਦੇ ਕਹਿੰਦੇ ਦੋ ਜੱਫੇ 10,000 ਲੱਗਾ ਹੋਇਆ ਪੈਂਦੀ ਹੋਈ ਰੇਟ ਦੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ। ਪੱਟਾਂ ਤੇ ਥਾਪੀਆਂ ਬੈਸਟਾਂ ਨੂੰ ਪੁਲਟ ਦਿੱਤੇ ਜਾਣਗੇ। ਬੱਗੇ ਸਿੰਘ ਨਾਲਾ ਪੁਰਾਣਾ ਪਾਪੀ ਆ ਤਕੜਾ ਜਾਫੀ ਆ, ਪੁਰਾਣਾ ਪਾਪੀ ਆ ਤਕੜਾ ਜਾਫੀ ਆ। ਇੱਥੇ ਰੱਖਾ ਵਾਹੇ ਗੱਭਰੂਆ, ਵਾਹੇ ਗੱਭਰੂਆ, ਨਹੀਂ ਉਹ ਰੀਸਾ ਤੇਰੀ ਹੈ ਚੜ੍ਹਦੀ ਉਮਰ ਹੈ ਕਿ ਰੀਅਲ ਹੈ ਟੱਕਰ, ਕੋਈ ਚੀਜ਼ ਨਹੀਂ ਫੇਕ, ਜਦੋਂ ਵੱਜਦੀ ਟਿਕਾਣੇ ਨਿਕਲੇ ਕੰਨਾਂ ਵਿੱਚੋਂ ਸੇਕ, ਰੀਅਲ ਹੈ ਟੱਕਰ, ਕੋਈ ਚੀਜ਼ ਨਹੀਂ ਫੇਕ, ਜਦੋਂ ਵੱਜਦੀ ਟਿਕਾਣੇ ਨਿਕਲੇ ਕੰਨਾਂ ਵਿੱਚੋਂ ਸੇਕ। ਸਾਹਮਣਿਆਂ ਨੂੰ ਨੇ ਕਬੱਡੀ ਪਾ ਦਿੱਤੀ ਹੈ ਕਿ ਔਖੇ ਰੋਕਣੇ ਤੂਫਾਨ ਪਾਣੀ ਢੇਰੀਆਂ, ਔਖੇ ਰੋਕਣੇ ਖਿਡਾਰੀ ਸਾਹਮਣਾ ਵਰਗੇ, ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ, ਬੰਦਾ ਚਾਹੇ ਤਾਂ ਹਿਲਾ ਕੇ ਜੱਗ ਧਰਦੇ, ਬੰਦਾ ਚਾਹੇ ਤਾਂ ਹਿਲਾ ਕੇ ਜੱਗ ਧਰਦੇ। ਇੱਟਾਂ ਸਾਫ਼ ਹੋਣੀਆਂ ਚਾਹੀਦੀਆਂ, ਇਰਾਦੇ ਪੱਕੇ ਹੋਣੇ ਚਾਹੀਦੇ ਆ, ਤੇ ਕਹਿੰਦੇ ਮਨ ਦੇ ਵਿੱਚ ਵਿਸ਼ਵਾਸ ਹੋਣਾ ਚਾਹੀਦਾ, ਲਗਨ ਹੋਣੀ ਚਾਹੀਦੀ ਹੈ, ਬੰਦਾ ਕੀ ਨਹੀਂ ਕਰ ਸਕਦਾ। ਬਾਟੀ ਟਿੱਬਿਆਂ ਨੇ ਕਬੱਡੀ ਪਾ ਦਿੱਤੀ ਹੈ, ਨਕੋਦਰ ਦੇ ਚਾਰ ਚਾਰੇ ਤਿਆਰ ਪਰ ਤਿਆਰ, ਸਰੀ ਤੇ ਕਹਿੰਦੇ ਬਾਟੀ ਦੇ ਦਰਮਿਆਨ ਆ ਦੋ ਵੱਡੇ ਮਨਾਂ ਦੀ ਟੱਕਰ, ਆ ਲੱਗਾ ਪਿਆ ਜ਼ੋਰ, ਪਰ ਟਿੱਬੇ ਵਾਲਾ ਸਿਰਾ ਲਾਈ ਆਉਂਦਾ। ਬਾਟੀ ਕਮਲਜੀਤ ਜੰਡ ਲੈ ਵੀ ਅੱਜ ਸਫਰਾ ਦੀ ਗੱਲ ਇਹ ਵੀ ਹੈ ਵੀ ਬੇਓਪਲੰਟੀ ਦੀ ਟੀਮ ਮੱਲੀਆਂ ਵਾਲੇ ਰਮਨੇ ਦਾ ਅੱਜ ਵਿਆਹ, ਪਰ ਫਿਰ ਵੀ ਖਿਡਾਰੀ ਆਏ ਹੈ। ਸਪੈਸ਼ਲ ਤੌਰ ਤੇ ਧੰਨਵਾਦ ਹੈ ਬੇਓਪਲੰਟੀ ਦੀ ਟੀਮ ਦਾ। ਆਓ ਸਾਹਮਣੇ ਇਸ ਵੇਲੇ ਨਵਜੀਤ ਗਰੂ ਦੀ ਪਈ ਹੋਈ ਕਬੱਡੀ, ਚਿੱਤਪਾਲ ਪੱਤੋ ਹੀਰਾ ਸਿੰਘ ਦੇ ਮੇਲੇ ਤੇ ਬੱਲੇ ਬੱਲੇ ਕਰਵਾ ਰਿਹਾ ਹੈ, ਬੱਲੇ ਬੱਲੇ ਕਰਵਾ ਰਿਹਾ ਹੈ। ਸ਼ਰਾਬੀ ਦੀਆਂ ਯਾਦਾਂ ਨੇ ਪੱਤੋ ਵਾਲੇ ਦੀਆਂ, ਸਟਾਰਟਿੰਗ ਟਾਈਮ ਤੋਂ ਬੜਾ ਸਾਥ ਦਿੱਤਾ ਸ਼ਰਾਬੀ ਪੱਤੋ ਨੇ। ਮੇਰੇ ਵੀਰੋ ਸਾਰੇ ਖੇਡ ਬੁਲਾਰਿਆਂ ਦਾ, ਵਿਸ਼ੇਸ਼ ਤੌਰ ਤੇ ਉਸ ਪਰਿਵਾਰ ਦਾ ਧੰਨਵਾਦ ਹੈ, ਵੱਡਾ ਸਹਿਯੋਗ ਹੈ। ਸਾਹਮਣੇ ਕਬੱਡੀ ਰਵੀ ਪਾ ਰਿਹਾ ਤੇ ਗੱਲ ਕਹਿੰਦੇ ਸੁਖਰਾਜ ਕਰ ਰਿਹਾ ਹੈ। ਲਓ ਰਵੀ ਨੇ ਕਬੱਡੀ ਪਾਈ ਹੋਈ ਆ, ਕੈਮਰੇ ਫੋਕਸ ਹਨ, ਲੋਕਾਂ ਦੇ ਨਿਗਾਹਾਂ ਗੱਡੀਆਂ ਹੋਈਆਂ ਵੀ ਅੱਜ ਪੱਤੋ ਦੇ ਵਿੱਚ ਕੌਣ ਬੈਸਟ ਬਣਦਾ ਹੈ। ਆਓ ਸਾਹਮਣੇ ਕਾਲਾ ਸਿਰਾ ਲਾਈ ਤੁਰਿਆ ਆਉਂਦਾ, ਜਿਨ੍ਹਾਂ ਨੂੰ ਮਾਲੇ ਵਾਲੇ ਕਾਲੇ ਵੀ ਖੇਡ ਵਧੀਆ ਲੱਗੀ ਤਾੜੀਆਂ ਮਾਰੋ ਮੁੰਡੇ ਲਈ। ਅੱਜ ਦੱਸਿਆ ਕਾਲੇ ਨੇ ਵੀ ਪਿਆਰੀ ਫੁੱਲ ਹੈ, ਮਿਹਨਤ ਕੀਤੀ ਹੋਈ ਹੈ, ਕਹਿੰਦੀ ਕਾਲਿਆ ਜਿਉਂਦਾ ਰਹਿ ਵਸਦਾ ਰਹਿ। ਇੱਕ ਗੱਲ ਸੁਖਰਾਜ ਇਹ ਵੀ ਹੈ ਵੀ ਜਦੋਂ ਉਸਤਾਦ ਸੈੱਟ ਦੇ ਵਿੱਚ ਖੜਾ ਹੋਵੇ ਤੇ ਨਵੇਂ ਮੁੰਡੇ ਨੂੰ ਖਿਡਾਉਣਾ ਵੀ ਆਉਂਦਾ ਹੈ, ਔਰ ਮੇਰੇ ਵੀ ਇਹ ਵੀ ਜਿਹੜਾ ਉਹ ਪਲੱਸ ਪੁਆਇੰਟ ਬਣ ਜਾਂਦਾ ਹੈ ਨਵੇਂ ਖਿਡਾਰੀ ਦੇ ਲਈ, ਜਦ ਤਜਰਬੇਕਾਰ ਜਾਫੀ ਖਿਡਾਉਂਦਾ ਹੈ। ਸਾਹਮਣੇ ਕਬੱਡੀ ਨੌਜਵਾਨ ਦੀ ਪਈ ਹੋਈ, ਆਓ ਵੇਖਦਾ ਹੈ ਸਮਿਤ ਸ਼ਿਵਾ ਅਨੂ ਜਹਾਜ ਐਨ ਬੱਲੇ ਬੱਲੇ ਕਰਵਾ ਰਿਹਾ ਹੈ। ਮੰਨਾ ਨਕੋਦਰ ਬਤੌਰੇ ਮੈਨੇਜਰ, ਸਨੀ ਕੁਹਾੜ ਕੈਨੇਡਾ ਤੋਂ ਕਹਿੰਦੇ ਵੱਡਾ ਯੋਗਦਾਨ ਹੈ ਇਸ ਖੇਡ ਕਲੱਬ ਦੇ ਲਈ। ਸਨੀ ਕੁਹਾੜ ਦਾ ਮੰਨੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਰਾਜ ਕੁਮਾਰ ਬਲਜੀਤ ਸੋਹਲ ਵੱਲੋਂ ਚਿੱਤਪਾਲ ਲਈ 5,000 ਦਾ ਸਪੈਸ਼ਲ ਪ੍ਰਾਈਜ਼ ਹੈ। ਕੇਂਦਰ ਨੰਗਲ ਧੰਨਾ, ਰਾਮਾ ਜਗਦੀਪ ਰਣੀਆਂ, ਸੁਰਿੰਦਰ ਲੰਡੇ ਕੇ, ਬਲਜਿੰਦਰ ਹਿੰਮਤਪੁਰਾ ਤੇ ਕਾਲਾ ਬਾਰੇ ਵਾਲਾ, ਇਹਨਾਂ ਵੀਰਾਂ ਦਾ ਵੀ ਧੰਨਵਾਦ। ਆਓ ਸਾਹਮਣੇ ਸੁਮਿਤ ਸ਼ਿਵਾ, ਕਿੰਨੀ ਤੇਜ਼ੀ ਨਾਲ ਲੱਗਿਆ, ਉਦੋਂ ਜ਼ਿਆਦਾ ਤੇਜ਼ੀ ਨਾਲ ਉੱਠਿਆ, ਫਲੈਕਸੀਬਿਲਟੀ ਹੁੰਦੀ ਹੈ, ਮਿਹਨਤ ਹੁੰਦੀ ਹੈ। ਆਓ ਤਕੜਾ ਨੰਬਰ
ਰੇਡਰ ਦੇ ਸਟੇਜ ਆ ਜਿਹੜਾ ਰਵੀ ਆ ਗਿਆ। ਰਵੀ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਮੇਰੇ ਵੀਰੋ, ਰਵੀ ਨੌਜਵਾਨ ਕੈਲਰ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਹਰਦੀਪ ਨੰਗਲ ਹੋਣਾ ਦਾ, ਧੰਨੇ ਹੋਣਾ ਦਾ, ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਭਾਈ ਹਰਜਿੰਦਰ ਹੋਣਾ ਦਾ। ਸਾਹਮਣੇ ਕਬੱਡੀ ਨੌਜਵਾਨ ਗੱਭਰੂ ਨੇ ਪਾਈ ਹੈ, ਚਾਰ ਜਾਫੀ ਤਿਆਰ ਨੇ, ਪੱਗੇ ਪਿੰਡ ਵਾਲਾ ਮੰਗੀ ਇਸ਼ਾਰਾ, ਰੇਸ਼ਮ ਕਹਿੰਦਾ ਵੀ ਨੰਬਰ ਰੇਡਰ ਨੂੰ ਦਿੱਤਾ ਗਿਆ, ਅਪੀਲ ਹੋ ਸਕਦੀ ਹੈ, ਮੰਨਿਆ ਅਪੀਲ ਕਰ ਲਓ, ਅਪੀਲ ਕਰ ਲਓ, ਰੈਫਰੀ ਦਾ ਡਿਸੀਜਨ ਹੈ ਅਪੀਲ। ਹਾਂਜੀ ਰੀਪਲੇ ਪਿਆਰ ਦੇ ਨਾਲ ਰੀਪਲੇ ਹੈ ਨੰਬਰ ਦਾ। ਲਾਲਾ ਜੀ ਸੇਠੀ ਜੀ ਸਾਡੇ ਟੈਕਨੀਕਲ ਕਮੇਟੀ ਧਿਆਨ ਦੇਵੇਗੀ, ਇਸ ਨੰਬਰ ਦਾ ਰੀਪਲੇ ਹੈ। ਮੈਚ ਕਹਿੰਦੇ ਤਕੜਾ ਚੱਲਦਾ, ਫੈਸਟਾ ਨੂੰ ਮੈਚ ਸਮਾਪੋ ਹੋਰੇ ਜਿਹੜੇ ਜਿਹੜੇ ਖੁਸ਼ ਨੇ ਵੀ 7 ਵਜੇ ਤੋਂ ਪਹਿਲਾਂ ਫਾਈਨਲ ਹੋ ਗਿਆ, ਇੱਕ ਵਾਰੀ ਤਾੜੀਆਂ ਮਾਰ ਜੋ ਜ਼ੋਰ ਦਾ। ਦੁਨੀਆ ਖੁਸ਼ ਹੋ ਕੇ ਗਈ ਹੈ ਪੱਤੋ ਦੇ ਮੇਲੇ ਤੋਂ ਵੀ ਸਮੇਂ ਨਾਲ ਫਾਈਨਲ ਹੋ ਗਿਆ, ਸਮੇਂ ਨਾਲ ਰਿਜ਼ਲਟ ਆ ਗਿਆ, ਮੈਂ ਵੀ ਸੁਖ ਬਾਈ ਐਨ ਸਿਰਾ ਹੋ ਗਿਆ ਅੱਜ ਦੇ ਮੇਲੇ ਤੇ। ਮੰਨਾ ਨਗੋਦਰ ਤੇ ਮੰਗ ਸਿੰਘ ਮੰਗੀ ਸਾਡਾ ਵੀ ਸੁੱਖ ਯਾਦ ਕਰਦਾ, ਸਟੇਜ ਦੇ ਸਾਹਮਣੇ ਜ਼ਰੂਰ ਸੰਪਰਕ ਬਣਾ ਲੈਣਗੇ, ਤੇ ਮੈਂ ਅਮਰਤਪਾਲ ਬਲਾਨ ਵੀਰ ਨੂੰ ਬੇਨਤੀ ਕਰਦਾ ਹੋਲਡ ਵਾਲਾ ਨੰਬਰ ਜਲਦੀ ਕਲੀਅਰ ਕਰ ਦਿਓ ਜੀ, ਹੋਲਡ ਵਾਲਾ ਨੰਬਰ ਆਪਾਂ ਬੈਸਟ ਵਾਲਾ ਵੀ ਹੁਣ ਡਿਕਲੇਅਰ ਕਰ ਦਈਏ। ਜਸ ਸਿਕਿਉਰਟੀ ਵਾਲੇ ਵੀਰ ਦਾ ਵੀ ਦਿਲੋਂ ਧੰਨਵਾਦ ਹੈ, ਮੈਂ ਵੀ ਸੁਣਿਆ ਵੀਰਾ ਤੇਰਾ ਵੀ ਧੰਨਵਾਦ, ਜਥੇਦਾਰ ਹਾਕਮ ਸਿੰਘ ਟੋਨਾ ਬਾਰੇ ਵਾਲੀ ਹੈ, ਸਮੁੱਚੀ ਫੈਡਰੇਸ਼ਨ ਦਾ ਬਾਲਣ ਵਾਲਾ ਮੰਨਾ ਸਾਡਾ ਵੀਰ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੈ ਬਾਈ ਸੁੱਖ ਬਰਾੜ ਨਾਲ ਸੰਪਰਕ ਕਰ ਲਵੇ। ਮੰਨਾ ਬਾਲਣ ਵਾਲਾ ਸਾਡੀ ਖੇਡ ਕਬੱਡੀ ਦਾ ਟੌਪ ਦਾ ਸਟਾਰ ਹੈ, ਵੀਰ ਨੂੰ ਬੇਨਤੀ ਹੈ ਵੀ ਉਹ ਸਟੇਜ ਦੇ ਸਾਹਮਣੇ ਆ ਜਾਵੇ। ਸਾਰੇ ਪ੍ਰਬੰਧਕਾਂ ਨੂੰ, ਸਮੁੱਚੇ ਨਗਰ ਨੂੰ ਬਹੁਤ ਬਹੁਤ ਮੁਬਾਰਕਾਂ, ਬਾਈ ਬੱਬੀ ਉਹਨਾਂ ਨੂੰ, ਬਾਈ ਸੁੱਖ ਉਹਨਾਂ ਨੂੰ, ਰਾਜੂ ਅਮਰੀਕਾ ਨਾਲ ਸਾਡਾ ਗਾਜੀ ਮਾਰੂਗੇ, ਗੁਰਭੇਜ ਬਾਂਦਰ, ਇਹਨਾਂ ਦੇ ਸਾਰੇ ਯਾਰਾਂ ਦੋਸਤਾਂ ਨੂੰ ਅਮਰਜੀਤ ਦੌਦਰ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ, ਜਿੰਨੇ ਵੀ ਉਹਨਾਂ ਦੇ ਸਹਿਯੋਗੀ ਨੇ ਸਾਰਿਆਂ ਦਾ ਧੰਨਵਾਦ। ਹਰਜੀਤ ਸਿੰਘ ਜੀ ਮੁੱਖ ਮੁਨਸ਼ੀ ਥਾਣਾ ਬਦਲੇ, ਉਹਨਾਂ ਦੇ ਸਾਰੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਇਹਨੂੰ ਆਖਦੇ ਹਾਂ ਕਿੰਦਰ ਨੰਗਲ, ਧੰਨਾ ਰਾਮਾ, ਜਗਦੀਪ ਰਣੀਆ, ਸੁਰਿੰਦਰ ਲੰਡੇ ਕੇ, ਬਲਜਿੰਦਰ ਹਿੰਮਤਪੁਰਾ ਤੇ ਕਾਲਾ ਬਾਰੇ ਵਾਲੀ ਹੈ, ਸਾਰੇ ਵੀਰਾਂ ਦਾ ਧੰਨਵਾਦ। ਇੱਧਰ ਮਾਨ ਸਨਮਾਨ ਕੀਤੇ ਜਾ ਰਹੇ ਹੈ, ਕੱਲ ਨੂੰ ਪਾਗੜੀਆਂ ਰੌਣਕਾਂ ਲੱਗਣੀਆਂ 8 ਤਰੀਕ ਕਹਿੰਦੇ ਮਹਿਣੇ ਦੇ ਵਿੱਚ, ਭਾਈ ਜਗਦੇਵ ਜੱਗੀ ਰਾਮੂ ਵਾਲੀਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਵੱਡਾ ਸਨਮਾਨ ਕੀਤਾ ਜਾਣਾ ਹੈ ਮੈਨੇਜਮੈਂਟ ਦੇ ਵੱਲੋਂ, ਬਾਈ ਜੱਗੀ ਰਾਮੂ ਵਾਲੀਆ ਸਨਮਾਨ ਜ਼ਰੂਰ ਪ੍ਰਾਪਤ ਕਰ ਲਵੇ। ਜਿਹੜਾ ਰਿਜ਼ਲਟ ਹੈ ਦਰਸ਼ਕ ਵੀਰ ਉਹ ਹੋਲਡ ਨੰਬਰ ਤੇ ਡਿਪੈਂਡ ਕਰਦਾ ਹੈ ਵੀ ਅੱਜ ਦੇ ਮੇਲੇ ਦੀ ਜੇਤੂ ਟੀਮ ਉਹ ਹੋਲਡ ਨੰਬਰ ਜਿਹੜਾ ਜਿਸ ਵੀ ਟੀਮ ਨੂੰ ਮਿਲ ਗਿਆ ਉਹ ਟੀਮ ਜਿਹੜੀ ਪੱਤੋ ਹੀਰਾ ਸਿੰਘ ਦੇ ਕੱਪ ਦੀ ਵਿਨਰ ਟੀਮ ਹੋਵੇਗੀ। ਬਹੁਤ ਫਸਵਾਂ ਮੈਚ ਜਿਹੜਾ ਫਾਈਨਲ ਹੋਇਆ ਹੈ। NRI ਟਰਾਂਟੋ ਪੰਜਾਬੀ ਨਕੋਦਰ ਦੇ ਨੰਬਰ ਨੇ 33 ਤੇ ਬੇ ਆਫ ਪਲਾਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੇ ਨੰਬਰ ਨੇ 35। ਅੱਜ ਦਾ ਕੱਪ ਬੇ ਆਫ ਪਲਾਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਨੇ ਜਿੱਤ ਲਿਆ ਮੇਰੇ ਵੀਰੋ। ਵੈਸਟ ਰੇਡਰ 16 ਕਬੱਡੀਆਂ 13 ਨੰਬਰ ਰਵੀ ਕੈਲਰ ਵਾਲਾ ਕਹਿੰਦੇ ਅੱਜ ਦੇ ਕੱਪ ਦਾ ਬੈਸਟ ਰੇਡਰ ਹੈ ਮੇਰੇ ਵੀਰੋ, ਬੁਲਟ ਮੋਟਰਸਾਈਕਲ ਦਾ ਜੇਤੂ ਬਣ ਗਿਆ ਤੇ ਸਾਰਿਆਂ ਨੂੰ ਬੜੀ ਖੁਸ਼ੀ ਹੋਣੀ ਹੈ ਵੀ ਅੱਜ ਪੱਤੋ ਹੀਰਾ ਸਿੰਘ ਦੇ ਕੱਪ ਦਾ ਬੈਸਟ ਜਾਫੀ 13 ਟੱਚ 5 ਜੱਫੇ ਇਸ ਇਲਾਕੇ ਦਾ ਮੁੰਡਾ ਬਾਲੇ ਵਾਲਾ ਕਾਲਾ ਬੁਲਟ ਜਿੱਤ ਗਿਆ ਮੇਰੇ ਵੀਰੋ। ਕਾਲਾ ਬਾਲੇ ਵਾਲਾ ਨਵਾਂ ਮੁੰਡਾ ਬੁਲਟ ਮੋਟਰਸਾਈਕਲ ਜਿੱਤ ਗਿਆ, ਮੁਬਾਰਕਬਾਦ ਹੈ ਬਾਲੇ ਵਾਲਾ ਕਾਲਾ, ਕਹਿੰਦੇ ਅੱਜ ਮੇਰੇ ਵੀਰੋ ਬੈਸਟ ਬਣਿਆ। ਅਨੂ ਨੇ 12 ਕਬੱਡੀਆਂ ਪਾ ਕੇ 11 ਨੰਬਰ ਪ੍ਰਾਪਤ ਕੀਤੇ ਹੈ
ਚਿਤਪਾਲ ਨੇ 11 ਪਾ ਕੇ 9 ਨੰਬਰ ਪ੍ਰਾਪਤ ਕੀਤੇ ਹੈ। ਮੋਹਿਤ ਡੀਂਗ ਨੇ 10 ਟੱਚ ਲੈ ਕੇ 4 ਜੱਫੇ ਲਾਏ ਹੈ। ਬਲਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਮਾਨ ਸਨਮਾਨ ਜਿਹੜੇ ਬਾਈ ਜੱਗੀ ਦਾ ਹੋਰ ਸਨਮਾਨ ਸੁਖਰਾਜ ਜੀ ਆ ਸਾਰੇ ਸਨਮਾਨ ਕਰਾ ਦਿਓ।